ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ। 17ਵੀਂ ਸਦੀ ਦੀ ਇਹ ਮਹਾਨ ਕਹਾਵਤ ਜੋ ਕਿਸੇ ਟਾਈਮ ਚੱਲਦੀ ਸੀ, ਕੰਮ ਕਰਦੀ ਸੀ, ਜਦੋਂ ਲੋਕ ਸੋਚਦੇ ਸੀ ਕਿ ਅਹਿਮਦ ਸ਼ਾਹ ਅਬਦਾਲੀ ਨੇ ਆਉਣਾ, ਸਾਰਾ ਕੁਛ ਲੁੱਟ ਕੇ ਲੈ ਜਾਣਾ, ਜੋ ਕੁਛ ਖਾ ਪੀ ਲਿਆ ਨਾਲੀ ਉਹੀ ਆਪਣਾ। ਪਰ ਹੁਣ ਨਾ ਅਬਦਾਲੀ ਰਿਹਾ ਅਤੇ ਨਾ ਉਹ ਲੋਕ ਰਹੇ। ਹੁਣ 21ਵੀਂ ਸਦੀ ਦੇ ਵਿੱਚ ਖਾਧਾ ਪੀਤਾ ਲਾਹੇ ਦਾ ਨਹੀਂ, ਖਾਧਾ ਪੀਤਾ ਫਾਹੇ ਦਾ ਬਣਦਾ ਜਾ ਰਿਹਾ। ਲੋੜ ਤੋਂ ਵੱਧ ਖਾਣਾ, ਮੋਟਾਪਾ, ਬਲੱਡ ਪ੍ਰੈਸ਼ਰ, ਜੋੜਾਂ ਦਾ ਦਰਦ, ਵੀਕ ਇਮਿਊਨ ਸਿਸਟਮ 80% ਬਿਮਾਰੀਆਂ ਦਾ ਕਾਰਨ ਬਣਦਾ ਜਾ ਰਿਹਾ। ਤਾਂ ਅੱਜ ਦੀ ਵੀਡੀਓ ਦਾ ਟੋਪਿਕ ਰਹੇਗਾ ਇੰਟਰਮੀਡੀਅਟ ਫਾਸਟਿੰਗ। ਖਾਸ ਮੈਂ ਵੀਡੀਓ ਲੈ ਕੇ ਆਇਆ, ਬਹੁਤ ਡਿਮਾਂਡ ਆ ਰਹੀ ਸੀ ਫਾਸਟਿੰਗ ਬਾਰੇ, ਚੰਗੀ ਤਰ੍ਹਾਂ ਵਿਸਥਾਰਪੂਰਵਕ ਦੱਸੋ। ਤਾਂ ਅੱਜ ਦੀ ਵੀਡੀਓ ਦੇਖਣੀ ਬਹੁਤ ਜ਼ਰੂਰੀ ਆ, ਪੂਰੀ ਡਿਟੇਲ ਦੇ ਵਿੱਚ ਮੈਂ ਦੱਸੂਗਾ। ਮੇ ਵੀ ਥੋੜ੍ਹੀ ਵੀਡੀਓ ਲੰਬੀ ਹੋ ਸਕਦੀ ਆ, ਪਰ ਹੁਣ ਮੇਰੇ ਕੋਲ ਇਹ ਤੋਂ ਇਲਾਵਾ ਕੋਈ ਚਾਰਾ ਨਹੀਂ। ਵੀਡੀਓ ਥੋੜ੍ਹੀ ਲੰਬੀ ਹੋਊਗੀ ਤਾਂ ਤੁਸੀਂ ਜਰ ਲਿਓ ਭਾਈ ਮੈਨੂੰ 10-15 ਮਿੰਟ, ਪਰ ਮੈਂ ਕੰਮ ਦੀ ਜਾਣਕਾਰੀ ਦੇ ਕੇ ਜਾਊਂਗਾ, ਇਹ ਤੁਹਾਡੇ ਨਾਲ ਵਾਅਦਾ ਰਿਹਾ। ਮੈਂ ਥੋੜ੍ਹਾ ਦੱਸਦਾ ਆਪਦੇ ਬਾਰੇ, ਅਗਰ ਤੁਸੀਂ ਚੈਨਲ 'ਤੇ ਨਵੇਂ ਹੋ ਤੁਹਾਡਾ ਬਈ ਸਵਾਗਤ ਆ। ਜਿਹੜੇ ਪੁਰਾਣੇ ਵੀ ਵੀਰ ਭੈਣ ਭਾਈ ਨੇ ਉਹਨਾਂ ਦਾ ਤਾਂ ਪਹਿਲਾਂ ਹੀ ਸਵਾਗਤ ਆ, ਜਿਹੜੇ ਸਾਡੇ ਨਾਲ ਜੁੜੇ ਨੇ, ਸਾਡੇ ਪਰਿਵਾਰ ਦੇ ਵਿੱਚ ਜੁੜੇ ਨੇ। ਮੇਰੇ ਯੂਟਿਊਬ ਦੇ ਉੱਪਰ 280 ਸਬਸਕ੍ਰਾਈਬਰ ਨੇ, ਟਿਕਟੋਕ 'ਤੇ 4000 ਪਰਿਵਾਰ ਮੇਰੇ ਨਾਲ ਜੁੜਿਆ ਹੋਇਆ। ਮੈਂ ਕਦੇ ਵੀ ਫੋਲੋਅਰ ਫੁੱਲਰ ਜੇ ਨਹੀਂ ਕਹਿੰਦਾ, ਮੈਨੂੰ ਇਹ ਹੇਟ ਆ ਇਹ ਸ਼ਬਦ ਕਹਿਣ ਤੋਂ। ਮੇਰਾ ਕੋਈ ਫੋਲੋਅਰ ਨਹੀਂ ਹੈਗਾ, ਮੇਰਾ ਪਰਿਵਾਰ ਹੈ ਇੱਕ ਇਹ, ਜਿਹੜਾ ਪੂਰੀ ਦੁਨੀਆ 'ਚ ਫੈਲਿਆ ਹੋਇਆ, ਕਨੇਡਾ, ਅਮਰੀਕਾ, ਇਟਲੀ, ਇੰਡੀਆ, ਸਾਰੇ ਕਿਤੋਂ ਮੈਨੂੰ ਮੈਸੇਜ ਆ ਰਹੇ ਨੇ, ਫੋਨ ਆ ਰਹੇ ਨੇ। ਜਿੰਨਾ ਕੁ ਮੈਨੂੰ ਟਾਈਮ ਲੱਗਦਾ ਮੈਂ ਜਵਾਬ ਦਿੰਦਾ, ਮੈਂ ਗੱਲ ਕਰਦਾ, ਪਰ ਇਹ ਨਹੀਂ ਹੈਗਾ ਕਿ ਮੈਂ ਕਿਸੇ ਦਾ ਜਵਾਬ ਨਾ ਦੇਵਾਂ ਅਤੇ ਗੱਲ ਨਾ ਕਰਾਂ। ਅਤੇ ਅਗਰ ਤੁਸੀਂ ਮੇਰੇ ਬਾਰੇ ਨਹੀਂ ਜਾਣਦੇ ਤਾਂ ਮੈਂ 1 ਸਾਲ ਪਹਿਲਾਂ 17 ਜਨਵਰੀ 2019 ਦੇ ਵਿੱਚ 105 ਕਿਲੋ ਦਾ ਸੀਗਾ, ਅਤੇ ਹੁਣ ਮੈਂ 72 ਕਿਲੋ ਦਾ 1 ਸਾਲ 3 ਮਹੀਨਿਆਂ ਬਾਅਦ। ਪਿਛਲੇ 5 ਮਹੀਨਿਆਂ ਤੋਂ ਮੇਰਾ ਵੇਟ ਇੱਥੇ ਖੜ੍ਹਾ, ਫਾਸਟਿੰਗ ਦੀ ਹੈਲਪ ਨਾਲ ਅਤੇ ਐਕਸਰਸਾਈਜ਼ ਦੀ ਹੈਲਪ ਨਾਲ ਅਤੇ ਸਹੀ ਖਾਣਿਆਂ ਦੀ ਹੈਲਪ ਨਾਲ। ਅਗਰ ਤੁਸੀਂ ਡੀਪਲੀ ਜਾਣਨਾ ਚਾਹੁੰਦੇ ਵੀ ਮੈਂ ਕੀ ਸੀ ਅਤੇ ਮੈਂ ਕੀ ਕੀਤਾ, ਤਾਂ ਇਸ ਚੈਨਲ ਦੇ ਉੱਪਰ ਜਿਹੜੀ ਸਭ ਤੋਂ ਪਹਿਲੀ ਵੀਡੀਓ ਆ ਉਹ ਮੈਂ ਆਪਦੀ ਲਾਈਫ ਬਾਰੇ ਹੀ ਪਾਈ ਆ ਕਿ ਮੈਂ ਪਹਿਲਾਂ ਕੀ ਸੀ ਅਤੇ ਹੁਣ ਕੀ ਹਾਂ। ਉਹ ਵੀਡੀਓ ਮੈਂ ਇੰਗਲਿਸ਼ 'ਚ ਬਣਾਈ ਸੀ, ਮੇਰਾ ਇਹ ਰੀਜ਼ਨ ਸੀਗਾ ਇੰਗਲਿਸ਼ 'ਚ ਬਣਾਉਣ ਦਾ, ਤਾਂ ਕਿ ਮੈਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਂ, ਮੈਂ ਆਪਦੀ ਸਟੋਰੀ ਦੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਇੰਸਪਾਇਰ ਕਰਾਂ। ਪਰ ਮੈਨੂੰ ਕਈ ਮੈਸੇਜ ਆਏ, ਮੈਨੂੰ ਮੇਰੇ ਘਰਦੇ ਨੇ ਵੀ ਕਿਹਾ ਵੀ ਤੂੰ ਬਹੁਤ ਸੋਹਣਾ ਕੰਮ ਕਰ ਰਿਹਾ ਕਿ ਤੈਨੂੰ ਇਹ ਪੰਜਾਬੀ 'ਚ ਬਣਾਉਣੀ ਚਾਹੀਦੀ ਆ। ਤਾਂ ਮੈਂ ਡਿਸਾਈਡ ਕੀਤਾ ਕਿ ਅਗਰ ਤੁਸੀਂ ਥੱਲੇ ਮੈਨੂੰ ਕਮੈਂਟ ਕਰਕੇ, ਅਗਰ ਮੈਨੂੰ 10 ਕਮੈਂਟ ਆ ਗਏ ਵੀ ਬਈ ਹਾਂ ਉਹ ਤੇਰੀ ਵੀਡੀਓ 'ਚ ਕੋਈ ਵੈਲਿਊ ਹੈਗੀ ਆ, ਕੋਈ ਕੰਮ ਦੀ ਗੱਲ ਹੈਗੀ ਆ, ਅਤੇ ਉਹਨੂੰ ਪੰਜਾਬੀ 'ਚ ਵੀ ਬਣਾ, ਮੈਂ ਪੰਜਾਬੀ 'ਚ ਵੀ ਬਣਾਊਂਗਾ ਉਹ ਵੀਡੀਓ ਨੂੰ, ਕਿਉਂਕਿ ਟਾਈਮ ਕਾਫੀ ਲੱਗ ਜਾਂਦਾ ਵੀਡੀਓ ਮੇਕਿੰਗ 'ਤੇ। ਅਤੇ ਮੈਨੂੰ ਇੱਕ ਭੈਣ ਦਾ ਮੈਸੇਜ ਆਇਆ ਸੀ, ਕਹਿੰਦੇ ਵੀਰੇ ਤੁਸੀਂ ਵੀਡੀਓ ਬਹੁਤ ਘੱਟ ਬਣਾਉਣੇ ਹੋ। ਮੈਂ ਕਹਿਣਾ ਚਾਹੁੰਦਾ ਮੈਂ ਰੀਅਲੀ ਸੋਰੀ ਸਿਸਟਰ, ਮੈਂ 6 ਦਿਨ ਕੰਮ ਕਰਦਾ ਅਤੇ ਉਹ ਚੱਕਰ 'ਚ ਲੱਗੇ ਰਹੀਦਾ, ਤਾਂ ਕਰਕੇ ਵੀਡੀਓ ਥੋੜ੍ਹੀ ਸਲੋਅ ਬਣਦੀ ਆ, ਪਰ ਮੈਂ ਥੋੜ੍ਹਾ ਜਿਹਾ ਪ੍ਰੋਸੈਸ ਤੇਜ਼ ਕਰੂੰਗਾ ਕਿਉਂਕਿ ਬਹੁਤ ਲੋਕਾਂ ਨੂੰ ਹੈਲਪ ਦੀ ਲੋੜ ਆ। ਹੁਣ ਆਈਏ ਮੇਨ ਮੁੱਦੇ ਵੱਲ, ਫਾਸਟਿੰਗ। ਹਾਂਜੀ, ਫਾਸਟਿੰਗ ਦੀ ਗੱਲ ਸ਼ੁਰੂ ਕਰਦੇ ਹਾਂ। ਫਾਸਟਿੰਗ ਦੇ ਵਿੱਚ ਕੀ ਹੁੰਦਾ, ਸਰੀਰ ਦੀ ਲੋੜ ਮੁਤਾਬਕ ਖਾਣਾ ਹੀ ਸੰਪੂਰਨ ਸਿਹਤ ਦਾ ਰਾਜ ਆ। ਹੁਣ ਸਰੀਰ ਦੀ ਲੋੜ ਮੁਤਾਬਕ ਕਿਵੇਂ ਖਾਧਾ ਜਾਵੇ, ਮੈਂ ਪਹਿਲਾਂ ਚੈਨਲ 'ਤੇ ਵੀਡੀਓ ਪਾਈ ਸੀ ਕਿ ਮੇਨਟੇਨੈਂਸ ਕੈਲਰੀਆਂ ਕਿਵੇਂ ਲੱਭਣੀਆਂ। ਮੈਂ ਮਾੜੀ ਜਿਹੀ ਗੱਲ ਐਡ ਕਰਦਾ, ਜਿੰਨੇ ਆ ਟ੍ਰੇਨਰ ਟ੍ਰੂਨਰ ਜੇ ਹੁੰਦੇ ਆ ਤੁਹਾਨੂੂੰ ਇੰਨਾ ਬੇਵਕੂਫ ਬਣਾਉਂਦੇ ਕਿਉਂਕਿ ਕੋਈ ਅਸਲੀ ਗੱਲ ਦੱਸਦੇ ਨਹੀਂ। ਸਭ ਤੋਂ ਪਹਿਲੀ ਗੱਲ ਆ, ਤੁਹਾਨੂੰ ਆਪਦੀਆਂ ਮੇਨਟੇਨੈਂਸ ਕੈਲਰੀਆਂ ਪਤਾ ਹੋਣੀਆਂ ਚਾਹੀਦੀਆਂ ਨੇ। ਦੁਬਾਰੇ ਦੱਸ ਦੇਣਾ, ਪਹਿਲਾਂ ਵੀ ਵੀਡੀਓ ਪਾਈ ਜਿਸ ਦੇ ਵਿੱਚ ਮੈਂ ਲਿਖਿਆ ਸੀ ਮਾਈ 35 kg ਵੇਟ ਲੋਸ ਸੀਕਰੇਟ, ਈਟ ਸਵੀਟਸ ਐਂਡ ਬਰਗਰ ਐਂਡ ਸਟਿਲ ਲੂਜ਼ ਵੇਟ। ਤਾਂ ਉਹਦੇ ਵਿੱਚ ਮੈਂ ਕੀ ਦੱਸਿਆ ਸੀਗਾ ਕਿ ਮੇਨਟੇਨੈਂਸ ਕੈਲਰੀਆਂ ਕਿਵੇਂ ਕੱਢਣੀ ਨੇ, BMR ਬੇਸਲ ਮੈਟਾਬੋਲਿਕ ਰੇਟ ਕੀ ਹੁੰਦਾ। ਤੁਸੀਂ ਗੂਗਲ 'ਤੇ ਜਾ ਕੇ calculator.net 'ਤੇ ਜਾ, ਤੁਸੀਂ ਵੈਸੇ ਵੀ ਪਾ ਦਿਓ ਕਿ ਮੇਨਟੇਨੈਂਸ ਕੈਲਰੀਆਂ, ਤੁਸੀਂ ਆਪਦਾ ਭਾਰ, ਕੱਦ ਅਤੇ ਵੇਟ ਦੇ ਮੁਤਾਬਕ, ਅਗਰ ਤੁਸੀਂ ਬੰਦਾ ਜਾਂ ਔਰਤ ਹੋ ਉਹਦੇ ਮੁਤਾਬਕ ਉਹਨੇ ਤੁਹਾਨੂੰ ਦੱਸ ਦੇਣਾ ਵੀ ਤੁਹਾਡੀ ਮੇਨਟੇਨੈਂਸ ਕੈਲਰੀ ਕੀ ਹੈ। ਸਭ ਤੋਂ ਪਹਿਲਾ ਕੰਮ ਇਹ ਹੋਣਾ ਚਾਹੀਦਾ। ਆ ਡਾਇਟ ਪਲਾਨ, ਹਰ ਕੋਈ ਕਹਿੰਦਾ ਡਾਇਟ ਪਲਾਨ ਦਿਓ, ਡਾਇਟ ਪਲਾਨ ਦਿਓ, ਡਾਇਟ ਪਲਾਨ ਦਾ ਕੀ ਹੈ, ਡਾਇਟ ਪਲਾਨ ਤਾਂ ਜਿਹਨੂੰ ਮਰਜ਼ੀ ਆਪਾਂ ਦੇ ਸਕਦੇ ਹਾਂ, ਪਰ ਜੋ ਤੱਕ ਆਪਾਂ ਨੂੰ ਤੁਹਾਡੀ ਮੇਨਟੇਨੈਂਸ ਕੈਲਰੀ ਨਹੀਂ ਪਤਾ, ਮੰਨ ਲਓ ਤੁਹਾਡੀ ਮੇਨਟੇਨੈਂਸ ਕੈਲਰੀ 2500 ਆ ਅਤੇ ਮੈਂ ਤੁਹਾਨੂੰ 1500 ਕੈਲਰੀ ਦਾ ਡਾਇਟ ਪਲਾਨ ਦੇ ਦਾਂ, ਤੁਸੀਂ 1000 ਕੈਲਰੀ ਦਾ ਘਾਟਾ ਬਹੁਤ ਵੱਡਾ ਹੁੰਦਾ। ਤੁਸੀਂ ਮਹੀਨਾ 2 ਮਹੀਨੇ ਦਾ 1000 ਕੈਲਰੀ ਦਾ ਘਾਟਾ ਪਾ ਕੇ ਸਾਰ ਲਓਗੇ, ਤੁਸੀਂ ਵੇਟ ਵੀ ਲੂਜ਼ ਕਰ ਲਓਗੇ, ਉਹ ਤੋਂ ਬਾਅਦ ਤੁਸੀਂ ਫਿਰ ਨੋਰਮਲ ਲਾਈਫ ਸਟਾਈਲ 'ਤੇ ਆ ਜਾਣਾ। ਅਤੇ ਇਹ ਹੀ ਹੁੰਦਾ ਜ਼ਿਆਦਾਤਰ ਡਾਇਟ ਪਲਾਨਾਂ ਅਤੇ ਜਿਹੜੇ ਪਾਊਡਰ ਅਤੇ ਜਿਹੜੇ ਤੁਪਕੇ ਜੇ ਪੀਣ ਨੂੰ ਦਿੰਦੇ ਆ, ਇਹ ਕੈਲਰੀ ਇੰਨੀ ਘੱਟ ਦਿੰਦੇ ਆ ਬਿਨਾਂ ਮੇਨਟੇਨੈਂਸ ਕੈਲਰੀ ਪੁੱਛੇ ਕਿ ਤੁਹਾਡਾ ਵੇਟ ਆਟੋਮੈਟਿਕਲੀ ਲੂਜ਼ ਹੁੰਦਾ। ਜੇ ਤੁਹਾਨੂੰ ਮੇਨਟੇਨੈਂਸ ਕੈਲਰੀ ਪਤਾ ਹੋਊਗੀ ਤਾਂ ਤੁਸੀਂ ਤਰੀਕੇ ਨਾਲ 400-500 ਕੈਲਰੀ ਘੱਟਾ ਪਾ ਕੇ ਖਾਓਗੇ, ਅਤੇ ਪਲੱਸ ਅਗਰ ਤੁਸੀਂ ਫਾਸਟਿੰਗ ਕਰੋਗੇ ਤਾਂ ਵਾਰੀ ਵਾਰੀ ਹਾਰਮੋਨਲ ਰਿਸਪੋਂਸ, ਇਹਦੇ ਬਾਰੇ ਵੀ ਮੈਂ ਪਿਛਲੀ ਵੀਡੀਓ ਪਾਈ ਸੀ ਕਿ 2 ਮੀਲ ਜਾਂ 6 ਮੀਲ, ਤਾਂ ਕਿ ਮੈਂ ਉਹਦਾ ਪਾਉਣ ਦਾ ਰੀਜ਼ਨ ਸੀਗਾ, ਤਾਂ ਕਿ ਪਹਿਲਾਂ ਮੈਂ ਉਹ ਦੱਸਾਂ ਗੱਲ, ਫਿਰ ਮੈਂ ਫਾਸਟਿੰਗ 'ਤੇ ਆਵਾਂ। ਅਗਰ ਤੁਸੀਂ ਉਹ ਵੀ ਨਹੀਂ ਦੇਖੀ ਤਾਂ ਥੱਲੇ ਮੈਂ ਲਿੰਕ ਦਿੱਤਾ, ਤੁਸੀਂ ਉਹ ਵੀ ਦੇਖ ਲਓ, ਹੈ ਨਾ। ਫਿਰ ਅਗਰ ਤੁਸੀਂ ਨਵੇਂ ਹੋ ਤਾਂ ਪਲੀਜ਼ ਤੁਹਾਡਾ ਬਹੁਤ ਜ਼ਰੂਰੀ ਆ ਉਹ ਵੀਡੀਓ ਦੇਖਣਾ, ਤੁਹਾਨੂੰ ਫਿਰ ਹੀ ਪੂਰੀ ਗੱਲ ਸਮਝ ਆਊਗੀ। ਅਤੇ ਹੁਣ ਮੈਂ ਗੱਲ ਕਰ ਰਿਹਾ ਸੀਗਾ ਫਾਸਟਿੰਗ ਬਾਰੇ। ਜਦੋਂ ਆਪਾਂ 24 ਘੰਟੇ ਖਾਂਦੇ ਰਹਿੰਦੇ ਹਾਂ ਤਾਂ ਆਪਣਾ ਸਰੀਰ ਆਪਣੀ ਬੋਡੀ ਫੂਡ ਦੀ ਸਪਲਾਈ ਨਾਲ
ਭਰੀ ਰਹਿੰਦੀ ਆ। ਅਤੇ ਜਿਹੜੇ ਅੰਗਾਂ ਨੇ ਸਰੀਰ ਦੇ ਵਿੱਚੋਂ ਖਾਣਾ ਬਾਹਰ ਕੱਢਣਾ ਹੁੰਦਾ, ਸਰੀਰ ਤੋਂ ਖਾਣਾ ਹਜ਼ਮ ਕਰਨਾ ਹੁੰਦਾ, ਉਹ ਇੰਨੇ ਓਵਰਲੋਡ ਹੋ ਜਾਂਦੇ ਨੇ ਫੂਡ ਦੀ ਸਪਲਾਈ ਨਾਲ, ਉਹ ਖਾਣਾ ਬਾਹਰ ਹੀ ਨਹੀਂ ਕੱਢ ਪਾਉਂਦੇ ਅਤੇ ਉਸ ਵਾਧੂ ਖਾਣਾ ਸਰੀਰ 'ਚ ਪਿਆ ਪਿਆ ਫਿਰ ਬਿਮਾਰੀਆਂ ਦੇ ਰੂਪ 'ਚ ਬਾਹਰ ਨਿਕਲਦਾ। ਡਿਪਰੈਸ਼ਨ, ਹਾਈ ਬਲੱਡ ਪ੍ਰੈਸ਼ਰ, ਜੋੜਾਂ ਦਾ ਦਰਦ, ਸੁਸਤੀ, ਖਾਣ ਸਾਰ ਨੀਂਦ ਆਉਣੀ, ਈਵਨ ਕਿ ਕੈਂਸਰ ਤੱਕ ਵੀ ਖਾਣੇ ਨਾਲ, ਤੁਸੀਂ ਨੈੱਟ ਜਾ ਕੇ ਸਰਚ ਕਰ ਲਓ, ਕੈਂਸਰ ਤੱਕ ਵੀ ਗਲਤ ਖਾਣੇ ਨਾਲ, ਹਾਈ ਕਾਰਬ ਹਾਈ ਸ਼ੂਗਰ ਖਾਣੇ ਨਾਲ ਰਿਲੇਟਡ ਆ। ਜਦੋਂ ਆਪਾਂ ਸਾਰਾ ਦਿਨ ਖਾਂਦੇ ਰਹਿਣਾ, ਇੰਸੂਲਿਨ ਸਪਾਈਕ ਕਰਦੇ ਰਹਿਣੇ ਆ, ਅਤੇ ਖਾਸ ਕਰ ਹਾਈ ਕਾਰਬ ਫੂਡ ਖਾਂਦੇ ਰਹਿਣੇ ਆ ਸਾਰੀ ਉਮਰ ਹੀ, ਤਾਂ ਕੈਂਸਰ ਵਰਗਾ ਰੂਪ ਵੀ ਖਾਣੇ ਤੋਂ ਹੀ, ਬਿਮਾਰੀ ਵੀ ਖਾਣੇ ਤੋਂ ਹੀ ਮਿਲਦੀ ਆ। ਇਸ ਲਈ ਜਦੋਂ ਆਪਾਂ ਫਾਸਟਿੰਗ ਕਰਦੇ ਹਾਂ ਫਿਰ ਅਸਲੀ ਹਾਊਸ ਕਲੀਨਿੰਗ ਸ਼ੁਰੂ ਹੁੰਦੀ ਹੈ ਬੋਡੀ, ਇਸ ਨੂੰ ਕਹਿੰਦੇ ਆਟੋਫਜੀ। ਇੱਕ ਵਾਰੀ ਮੈਂ ਫਿਰ ਕਹਿੰਦਾ ਆਟੋਫਜੀ। ਹੁਣ ਆਟੋਫਜੀ ਕੀ ਹੈ? ਆਟੋਫਜੀ ਦੇ ਵਿੱਚ ਕੀ ਹੁੰਦਾ, ਸਰੀਰ ਦੇ ਜਿਹੜੇ ਪੁਰਾਣੇ ਡੈਮੇਜਡ ਸੈੱਲ ਨੇ ਜਾਂ ਪੁਰਾਣੇ ਪ੍ਰੋਟੀਨਸ ਨੇ, ਬ੍ਰੋਕਨ ਟੁੱਟੇ ਹੋਏ ਪ੍ਰੋਟੀਨਸ, ਫਾਸਟਿੰਗ ਦੇ ਵਿੱਚ ਸਰੀਰ ਉਹਨਾਂ ਨੂੰ ਵਰਤਦਾ, ਫਾਸਟਿੰਗ ਦੇ ਵਿੱਚ ਸਰੀਰ ਫੈਟ ਐਨਰਜੀ ਨੂੰ ਵਰਤਦਾ ਰਾਦਰ ਦੇਨ ਗਲੂਕੋਜ਼ ਐਨਰਜੀ ਨੂੰ। ਇਹਦੇ ਬਾਰੇ ਮੈਂ ਥੋੜ੍ਹਾ ਅੱਗੇ ਜਾ ਕੇ ਵੀਡੀਓ ਦੱਸੂਗਾ। ਅਤੇ ਆਟੋਫਜੀ ਦੇ ਵਿੱਚ ਜਾਂਦੀ ਹੈ। ਹੁਣ ਆਟੋਫਜੀ ਦਾ ਮਤਲਬ ਕੀ ਆ? ਆਟੋਫਜੀ ਗ੍ਰੀਕ ਵਰਡ ਆ ਜਿਹਦਾ ਮਤਲਬ ਆ ਸੈਲਫ ਈਟਿੰਗ, ਕਿ ਬੋਡੀ ਉਹ ਪੁਰਾਣੇ ਸੈੱਲਾਂ ਨੂੰ ਉਹ ਹਾਊਸ ਕਲੀਨਿੰਗ ਕਰਦੀ ਆ, ਸਾਰਾ ਅੰਦਰੋਂ ਸਰੀਰ ਸਾਫ਼ ਕਰਦੀ ਆ। ਹੁਣ ਇਸ ਗੱਲ ਦੀ ਖੋਜ ਕਿਹਨੇ ਕੀਤੀ? 2016 ਦੇ ਵਿੱਚ ਜਪਾਨ ਦੇ ਇੱਕ ਡਾਕਟਰ ਯੋਸ਼ੀਨੋਰੀ ਉਸਾਮੀ ਨੇ ਇਹ 2016 'ਚ ਖੋਜ ਕੀਤੀ ਕਿ ਜਦੋਂ ਆਪਾਂ ਫਾਸਟਿੰਗ ਕਰਦੇ ਹਾਂ ਬੋਡੀ ਆਟੋਫਜੀ 'ਚ ਜਾਂਦੀ ਆ ਅਤੇ ਬੋਡੀ ਆਪਦੇ ਆਪ ਨੂੰ ਕਲੀਨ ਕਰਦੀ ਆ, ਇੱਕ ਤਰ੍ਹਾਂ ਨਾਲ ਤੁਸੀਂ ਰੋਜ਼ ਡਿਟੋਕਸ ਕਰਦੇ ਹੋ ਬੋਡੀ ਨੂੰ। ਤਾਂ ਇਸ ਮਹਾਨ ਖੋਜ ਦੇ ਲਈ 2016 ਦਾ ਨੋਬੈਲ ਪ੍ਰਾਈਜ਼ ਡਾਕਟਰ ਉਸਾਮੀ ਨੂੰ ਦਿੱਤਾ ਗਿਆ, ਜਪਾਨ ਦੇ ਇਸ ਡਾਕਟਰ ਨੂੰ। ਅਤੇ ਡਾਕਟਰ ਉਸਾਮੀ ਨੇ ਦੱਸਿਆ ਕਿ ਫਾਸਟਿੰਗ ਤੁਹਾਡੀ ਉਮਰ ਲੰਬੀ ਕਰਦੀ ਆ, ਤੁਹਾਨੂੰ ਐਨਰਜੀ ਦਿੰਦੀ ਆ, ਕਿਉਂਕਿ ਅਗਰ ਆਪਾਂ ਸਿੰਪਲ ਵੀ ਦੇਖੀਏ ਨਾ, ਹੁਣ ਮੰਨ ਲਓ ਗੱਡੀ ਜਾਂ ਕਾਰ ਆ, ਹੁਣ ਤੁਸੀਂ ਗੱਡੀ 'ਚ ਤੇਲ ਪਾ ਕੇ ਉਹਨੂੰ ਚਲਾਈ ਉਹਨੂੰ ਚਲਾਈ ਜਾਂਦੇ ਹੋ, ਘੱਸਦੀ ਹੋ ਆ ਨਾ, ਸਰੀਰ ਨਾਲ ਵੀ ਤਾਂ ਹੀ ਹੁੰਦਾ ਨਾ, ਜਦੋਂ ਆਪਾਂ ਨੂੰ ਵਰਤੀ ਜਾਂਦੇ ਹਾਂ ਏਜਿੰਗ ਤਾਂ ਹੁੰਦੀ ਆ ਪਰ ਘੱਸਦਾ ਹੀ ਆ ਨਾ ਸਰੀਰ, ਤਾਂ ਜਦੋਂ ਆਪਾਂ ਨੂੰ ਘੱਟ ਵਰਤਾਂਗੇ, ਅੰਗਾਂ ਤੋਂ ਘੱਟ ਕੰਮ ਲਵਾਂਗੇ, ਥੋੜ੍ਹਾ ਇਹਨੂੰ ਰੈਸਟ ਦੇਵਾਂਗੇ, ਥੋੜ੍ਹਾ ਸਾਹ ਲੈਣ ਲਈ ਦੇਵਾਂਗੇ, ਤਾਂ ਆਪਦੇ ਆਪ ਹੀ ਅੰਗਾਂ ਦੀ ਸਾਰਿਆਂ ਦੀ ਆਪਾਂ ਕੀ ਆਪਾਂ ਦਿਲ ਫੇਫੜੇ ਅੱਖਾਂ ਸਾਰਾ ਕੁਝ ਇਹੀ ਆ, ਤਾਂ ਜਿੰਨਾ ਇਹਨਾਂ ਨੂੰ ਆਪਾਂ ਤਰੀਕੇ ਨਾਲ ਵਰਤਾਂਗੇ ਉੱਨਾ ਲੰਬਾ ਇਹ ਚੱਲਣਗੇ। ਅਤੇ ਜਦੋਂ ਡਾਕਟਰ ਉਸਾਮੀ ਨੂੰ ਨੋਬਲ ਪ੍ਰਾਈਜ਼ ਮਿਲੇ ਤਾਂ ਦੁਨੀਆ ਇੱਕਦਮ ਜਾਗੀ ਵੀ ਫਾਸਟਿੰਗ ਆਟੋਫਜੀ ਇਹ ਕੀ ਚੀਜ਼ ਆ। ਫਿਰ ਇਸ 'ਤੇ ਹੋਰ ਕਾਫੀ ਸਟੱਡੀਆਂ ਹੋਈਆਂ, ਤਾਂ ਜਿਸ ਤੋਂ ਬਾਅਦ ਇੰਟਰਮੀਡੈਂਟ ਸ਼ਬਦ ਦੀ ਖੋਜ ਹੋਈ ਜਾਂ ਇੰਟਰਮੀਡੈਂਟ ਫਾਸਟਿੰਗ ਦੀ ਖੋਜ ਹੋਈ। ਇੰਟਰਮੀਡੈਂਟ ਫਾਸਟਿੰਗ ਕੀ ਆ? ਫਾਸਟਿੰਗ ਤਾਂ ਤੁਸੀਂ ਜਿੰਨੀ ਮਰਜ਼ੀ ਕਰ ਲਓ, ਕਰਨ ਨੂੰ ਤੁਸੀਂ 40 ਘੰਟੇ ਕਰ ਲਓ, ਦੁਨੀਆ ਦੇ ਬੰਦੇ ਪਏ ਨੇ, ਅੱਜ ਵੀ 180 ਦਿਨ ਦੀ ਫਾਸਟਿੰਗ ਕੀਤੀ ਹੋਈ ਆ, 300 ਕਿਲੋ ਦਾ ਬੰਦਾ ਸੀ, 180 ਦਿਨ ਦੀ ਫਾਸਟਿੰਗ ਕੀਤੀ, 110 ਕਿਲੋ ਆ ਰਹਿ ਗਿਆ, ਸਾਰੀ ਦੁਨੀਆ ਨੂੰ ਉਹਦੇ ਬਾਰੇ ਪਤਾ। ਪਰ ਜਿਹੜੀ ਇੰਟਰਮੀਡੈਂਟ ਫਾਸਟਿੰਗ ਆ ਉਹ ਇੱਕ ਤਰ੍ਹਾਂ ਕਹਿ ਲਓ ਫਾਸਟਿੰਗ ਨੂੰ ਹੈਕ ਆਪਾਂ ਕਰ ਲੈਂਦੇ ਹਾਂਗੇ, ਕਿ ਆਪਾਂ 4-5 ਦਿਨ ਜਾਂ 180 ਦਿਨ ਭੁੱਖੇ ਰਹਿਣ ਨਾਲੋਂ ਰੋਜ਼ ਆਪਾਂ ਇੱਕ ਮੰਨ ਲਓ ਬ੍ਰੇਕਫਾਸਟ ਸਕਿੱਪ ਕਰਕੇ ਅਤੇ ਬਾਕੀ ਦਾ ਟਾਈਮ ਖਾਣਾ। ਫਾਸਟਿੰਗ ਕਾਫੀ ਤਰ੍ਹਾਂ ਦੀ ਆ, ਇੰਟਰਮੀਡੈਂਟ ਫਾਸਟਿੰਗ ਜਿਹਦੇ ਵਿੱਚ 16-8 ਸਭ ਤੋਂ ਪਾਪੂਲਰ ਆ, ਕਿਉਂਕਿ ਇਹ ਸੌਖਾ। ਫਿਰ ਹੈਗਾ ਇੱਕ ਦਿਨ ਛੱਡ ਕੇ ਖਾਣਾ, ਵੀ ਇੱਕ ਦਿਨ ਤੁਸੀਂ ਖਾਣਾ ਅਤੇ ਅਗਲੇ ਦਿਨ ਤੁਸੀਂ ਕੁਛ ਨਹੀਂ ਖਾਣਾ, ਹੈ ਨਾ। ਫਿਰ ਹੈਗਾ 5 ਦਿਨ ਤੁਸੀਂ ਨੋਰਮਲ ਖਾਣਾ ਅਤੇ 2 ਦਿਨ ਹਫ਼ਤੇ 'ਚ ਕੁਛ ਨਹੀਂ ਖਾਣਾ। ਉਹਦੇ ਵਿੱਚ ਕੀ ਹੁੰਦਾ, ਮੰਨ ਲਓ 3 ਦਿਨ ਖਾ ਲਿਆ, 1 ਦਿਨ ਫਾਸਟ, ਫਿਰ 2 ਦਿਨ ਖਾ ਲਿਆ, 1 ਦਿਨ ਫਾਸਟ, ਐਵੇਂ ਕਰਕੇ, ਅਤੇ ਫਿਰ 24 ਚੱਲਦੀ ਆ। ਪਰ ਅੱਜ ਦੀ ਜਿਹੜੀ ਮੇਨ ਵੀਡੀਓ ਮੈਂ 16-8 'ਤੇ ਰੱਖਣਾ ਚਾਹੂੰਗਾ, ਬਾਕੀ ਦੀਆਂ ਫਾਸਟਿੰਗਸ ਆਪਾਂ ਹੋਰ ਵੀਡੀਓ ਦੇ ਵਿੱਚ ਐਕਸਪਲੇਨ ਕਰਾਂਗੇ। ਅਤੇ ਵੀਡੀਓ ਨੂੰ ਪਲੀਜ਼ ਸਕਿੱਪ ਨਾ ਕਰਿਓ, ਕਿਉਂਕਿ ਮੈਂ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਦੇ ਰਿਹਾ, ਇਹ ਤੁਹਾਡੇ ਲਈ ਜਾਣਨਾ ਬਹੁਤ ਜ਼ਰੂਰੀ ਆ। ਅਤੇ ਵੀਡੀਓ ਨੂੰ ਐਂਡ ਤੱਕ ਦੇਖਿਓ, ਵੀਡੀਓ ਦੇ ਐਂਡ ਦੇ ਵਿੱਚ ਮੈਂ ਦੱਸੂੰਗਾ ਵੀ 16-8 ਨੂੰ ਵੀ ਹੋਰ ਸੌਖਾ ਆਪਾਂ ਕਿਵੇਂ ਕਰ ਸਕਦੇ ਹਾਂ, ਕਈ ਵਾਰ ਸ਼ੁਰੂ 'ਚ ਪ੍ਰੋਬਲਮ ਆਉਂਦੀ ਹੁੰਦੀ ਆ। ਤਾਂ 16-8 ਦੇ ਵਿੱਚ ਆਪਾਂ ਗੱਲ ਕਰੀਏ ਕਿ ਇਹਦੇ ਵਿੱਚ ਕੀ ਹੁੰਦਾ ਕਿ ਤੁਸੀਂ 16 ਘੰਟੇ ਨਹੀਂ ਖਾਣਾ, 8 ਘੰਟੇ ਖਾਣਾ। ਤਾਂ ਨੋਰਮਲ ਜਿਹੜਾ ਚੱਲਦਾ ਵੀ ਬ੍ਰੇਕਫਾਸਟ ਨਾ ਭਾਈ ਕਰੋ, ਬ੍ਰੇਕਫਾਸਟ ਤੁਸੀਂ ਜਾ ਕੇ 12 ਵਜੇ ਕਰੋ, ਕਿ ਇੱਕ 12 ਵਜੇ ਤੋਂ 8 ਵਜੇ ਦੇ ਵਿੱਚ ਖਾਣਾ। 8 ਘੰਟਿਆਂ ਦੇ ਵਿੱਚ 12-8 ਦੇ ਵਿੱਚ ਖਾਣਾ ਕਿੰਨਾ? ਦੇਖੋ ਮੈਂ ਰਿਕਮੈਂਡ ਕਰਦਾ ਕਿ ਵੱਧੋ ਵੱਧ 3 ਵਾਰੀ, ਅਗਰ ਹੋ ਸਕੇ ਤਾਂ 2 ਵਾਰੀ, ਠੀਕ ਹੈ। ਇੱਕ ਤੁਸੀਂ ਦੁਪਹਿਰੇ ਕੁਛ ਵੀ ਖਾ ਲਿਆ, ਫਿਰ ਮੰਨ ਲਓ ਸਨੈਕ ਟਾਈਪ 2-3 ਵਜੇ ਲੈ ਲਿਆ, ਅਤੇ ਸ਼ਾਮ ਨੂੰ 8 ਵਜੇ ਜਾ ਕੇ ਖਾ ਲਿਆ। ਪਰ ਉਹ ਐਡਾ ਵੀ ਕੋਈ ਚੱਕਰ ਨਹੀਂ ਗਾ, ਪਹਿਲਾਂ ਤੁਸੀਂ ਫਾਸਟਿੰਗ ਵਾਲੇ ਰੂਟੀਨ ਦੇ ਵਿੱਚ ਆਓ, ਫਿਰ ਬਾਅਦ ਤੁਸੀਂ ਆਪਦੇ ਅਕੋਰਡਿੰਗ ਆਪਦੇ ਸ਼ਡਿਊਲ ਦੇ ਮੁਤਾਬਕ ਚੇਂਜ ਕਰ। ਅਤੇ ਕੋਈ ਜ਼ਰੂਰੀ ਨਹੀਂ ਵੀ ਬ੍ਰੇਕਫਾਸਟ ਹੀ ਸਕਿੱਪ ਕਰਨਾ, ਆਪਦੇ ਇਹ ਕੋਈ ਹਾਰਡ ਰੂਲ ਨਾ ਇਹਨੂੰ ਬਣਾਓ, ਆਪਦੇ ਸ਼ਡਿਊਲ 'ਤੇ ਕੰਮ ਕਰੋ। ਅਗਰ ਕੋਈ ਬੰਦਾ ਰਾਤ ਨੂੰ ਜੋਬ ਕਰਦਾ, ਹੈ ਨਾ, ਉਹਦਾ ਡਿਫਰੈਂਟ ਸ਼ਡਿਊਲ ਹੋ ਸਕਦਾ, ਬਸ ਤੁਸੀਂ 16 ਘੰਟੇ ਨਹੀਂ ਖਾਣਾ। ਅਗਰ ਕੋਈ ਦਿਨੇ ਜੋਬ ਕਰਦਾ ਤਾਂ ਉਹਦੇ ਲਈ ਬ੍ਰੇਕਫਾਸਟ ਵਾਲਾ ਬੈਟਰ ਵਰਕ ਕਰ ਸਕਦਾ। ਮੈਂ ਸ਼ੁਰੂ ਦੇ ਵਿੱਚ, ਕੋਈ ਮੇਰੀ ਡੇ ਜੋਬ ਆ, ਮੈਂ ਜਮਾਂ ਹੀ ਉਲਟਾ ਕਰਦਾ ਸੀਗਾ। ਮੈਂ ਕੀ ਕਰਦਾ ਸੀ, ਮੈਂ ਸਵੇਰੇ 7 ਵਜੇ ਖਾਂਦਾ ਸੀ ਅਤੇ ਦੁਪਹਿਰੇ 1 ਵਜੇ ਖਾਂਦਾ ਸੀ, ਬਸ ਉਹ ਤੋਂ ਬਾਅਦ ਕੁਛ ਨਹੀਂ, ਕੋਈ ਡਿਨਰ ਨਹੀਂ। ਉਹ ਫਿਰ ਹੌਲੀ ਹੌਲੀ ਫਿਰ ਘਰ ਦੇ ਜਵਾਕ ਉਹ ਨਾਲ ਡਿਨਰ ਕਰਨਾ ਹੁੰਦਾ, ਅਤੇ ਫਿਰ ਮੈਂ 6 ਮਹੀਨਿਆਂ ਬਾਅਦ ਜਾ ਕੇ ਮੈਂ ਚੇਂਜ ਕੀਤਾ, ਅਤੇ ਉਹ ਵੀ ਸੇਮ ਚੀਜ਼ ਹੀ, ਫਿਰ ਮੈਂ 12 ਵਜੇ ਖਾਂਦਾ ਸੀਗਾ ਅਤੇ ਸ਼ਾਮ ਨੂੰ 8 ਵਜੇ ਖਾਂਦਾ ਸੀਗਾ। ਅਤੇ
ਇਹਦੇ ਵਿੱਚ ਕੀ ਹੁੰਦਾ ਹਾਰਮੋਨ ਰਿਸਪੋਂਸ, ਜਿਵੇਂ ਮੈਂ ਪਹਿਲਾਂ ਵਾਲੀ ਵੀਡੀਓ 'ਚ ਐਕਸਪਲੇਨ ਕੀਤਾ ਹੋਇਆ, ਮੈਂ ਇਸ ਵੀਡੀਓ 'ਚ ਨਹੀਂ ਬਾਹਲੀ ਗੱਲ ਕਰਨੀ ਚਾਹੁੰਦਾ ਇੰਸੂਲਿਨ ਅਤੇ ਗਲੂਕਾਗੋਨ ਬਾਰੇ ਕਿ ਉਹ ਕਿਵੇਂ ਫੈਟ ਸਟੋਰੇਜ ਅਤੇ ਫੈਟ ਰਿਲੀਜ਼ 'ਤੇ ਕੰਮ ਕਰਦੇ ਨੇ। ਮੈਂ ਇਸ ਵੀਡੀਓ ਨੂੰ ਸਿਰਫ ਫਾਸਟਿੰਗ 'ਤੇ ਰੱਖਣਾ ਚਾਹੁੰਦਾ। ਅਗਰ ਤੁਸੀਂ ਵੀਡੀਓ ਨਹੀਂ ਦੇਖੀ, ਮੈਂ ਪਹਿਲਾਂ ਵੀ ਦੱਸਿਆ, ਤੁਸੀਂ ਪਲੀਜ਼ ਮੇਰੇ ਚੈਨਲ ਜਾ ਕੇ ਦੇਖ ਸਕਦੇ ਹੋ, ਜਿਸਦਾ ਟਾਈਟਲ ਹੈ 6 ਮੀਲਸ ਜਾਂ 2 ਮੀਲਸ ਅ ਡੇ। ਥੱਲੇ ਮੈਂ ਲਿੰਕ ਵੀ ਦਿੱਤਾ। ਅਤੇ ਮੈਂ ਆਸ ਕਰਦਾ ਵੀ ਇਹ ਗੱਲ ਸਮਝ ਆ ਗਈ ਹੁਣ ਵੀ 16-8 ਦੇ ਵਿੱਚ ਜਿਹੜਾ ਸਭ ਤੋਂ ਸੌਖਾ ਤਰੀਕਾ ਮੰਨਿਆ ਜਾਂਦਾ, ਫਾਸਟਿੰਗਾਂ ਹੋਰ ਵੀ ਹੈਗੀਆਂ ਨੇ ਮੈਂ ਪਹਿਲਾਂ ਦੱਸਿਆ, ਤਾਂ 16-8 ਦੇ ਵਿੱਚ ਆਪਾਂ 16 ਘੰਟੇ ਨਹੀਂ ਖਾਣਾ ਅਤੇ 8 ਘੰਟੇ ਆਪਾਂ ਖਾ ਸਕਦੇ ਹਾਂ। 8 ਘੰਟੇ ਵਿੱਚ ਹੋ ਸਕੇ 2 ਮੀਲ ਖਾਓ, ਅਗਰ ਨਹੀਂ ਖਾਧੇ ਹੁੰਦੇ ਭਾਈ 3 ਖਾ ਲਓ, ਕੋਈ ਚੱਕਰ ਨਹੀਂ, ਪਹਿਲਾਂ 8 ਘੰਟੇ 'ਤੇ ਤਾਂ ਉਹ ਇਹ ਨਹੀਂ ਬਹੁਤ ਵੱਡਾ ਫਰਕ ਪਾ ਦੇਣਾ। ਅਤੇ ਅਗਲੀ ਮੈਂ ਗੱਲ ਕਰ ਰਿਹਾ ਸੀਗਾ ਕਿ ਜਦੋਂ ਆਪਾਂ ਫਾਸਟਿੰਗ ਪੀਰੀਅਡ 'ਚ ਆ ਉਦੋਂ ਆਪਾਂ ਕੀ ਖਾ ਸਕਦੇ ਹਾਂ। ਦੇਖੋ, ਫਾਸਟਿੰਗ ਪੀਰੀਅਡ ਦੇ ਵਿੱਚ ਆਪਾਂ ਕੁਛ ਵੀ ਉਹ ਨਹੀਂ ਖਾ ਸਕਦੇ ਜਿਹਦੇ ਵਿੱਚ ਕੈਲਰੀਜ਼ ਹੋਣ, ਤਾਂ ਕੀ ਫਿਰ ਰਹਿ ਕੀ ਗਿਆ? ਪਾਣੀ ਨੂੰ ਛੱਡ ਕੇ ਹਰ ਚੀਜ਼ 'ਚ ਕੈਲਰੀਆਂ ਨੇ, ਸਿਰਫ ਕਿ ਬਲੈਕ ਕੌਫੀ ਆ ਜਿਹਦੇ ਵਿੱਚ 4 ਕੈਲਰੀਆਂ ਨੇ। ਤਾਂ ਹਾਂਜੀ, ਤੁਸੀਂ ਗ੍ਰੀਨ ਟੀ ਪੀ ਸਕਦੇ ਹੋ ਅਤੇ ਤੁਸੀਂ ਬਲੈਕ ਕੌਫੀ ਪੀ ਸਕਦੇ ਹੋ। ਵੈਸੇ ਵੀ ਕੈਫੀਨ ਥੋੜ੍ਹੀ ਤੁਹਾਡੀ ਭੁੱਖ ਵੀ ਮਾਰੂਗੀ, ਥੋੜ੍ਹੀ ਥੋੜ੍ਹੀ ਤੁਹਾਨੂੰ ਐਨਰਜੀ ਵੀ ਦੇਊਗੀ ਕੈਫੀਨ, ਤਾਂ ਤੁਸੀਂ ਇਹ ਦੋਨੇ ਚੀਜ਼ਾਂ ਪੀ ਸਕਦੇ ਹੋ। ਪਾਣੀ ਪੀ ਸਕਦੇ ਹੋ ਜਿੰਨਾ ਮਰਜ਼ੀ, ਮਾੜਾ ਮੋਟਾ ਐਪਲ ਸਾਈਡਰ ਵਿਨੇਗਰ ਪਾ ਲਓ ਪਾਣੀ ਦੇ ਵਿੱਚ, ਪਰ ਮੇਕ ਸ਼ੋਰ ਕਿ ਐਪਲ ਸਾਈਡਰ ਵਿਨੇਗਰ ਮਾਰਕੀਟ 'ਚੋਂ ਮਿਲਦਾ ਮਦਰ ਐਪਲ ਸਾਈਡਰ ਵਿਨੇਗਰ ਹੋਣਾ ਚਾਹੀਦਾ, ਜਿਹਦੇ ਵਿੱਚ ਜ਼ਰਾ ਬਿਲਕੁਲ ਹੀ ਕੈਲਰੀਆਂ ਹੋਣ ਅਤੇ ਜਾਂ ਬਹੁਤ ਘੱਟ ਹੋਣ। ਕੋਈ ਕਈ ਸਵੀਟ ਐਪਲ ਸਾਈਡਰ ਵਿਨੇਗਰ ਵੀ ਮਿਲਦੇ ਆ ਜਿਹਦੇ ਵਿੱਚ ਕੈਲਰੀਜ਼ ਨੇ, ਤਾਂ ਕੋਈ ਫਾਇਦਾ ਨਹੀਂ ਹੈਗਾ। ਅਗਰ ਤੁਸੀਂ ਕੈਲਰੀ ਵਾਲੀ ਕੋਈ ਜ਼ਿਆਦਾ ਕੈਲਰੀ ਵਾਲੀ ਚੀਜ਼ ਖਾਧੀ, ਤੁਹਾਨੂੰ ਫਾਸਟ ਬ੍ਰੇਕ ਕਰ ਦੇਣਾ ਅਤੇ ਆਪਣਾ ਸਾਰਾ ਜਿਹੜਾ ਪਰਪਸ ਜਾਂ ਫਾਸਟਿੰਗ ਦਾ ਉਹ ਆਪਣਾ ਲੂਜ਼ ਹੋ ਜਾਣਾ। ਅਤੇ ਅੱਛਾ, ਤੁਸੀਂ ਸੁਣਿਆ ਹੋਣਾ ਆਪਣੇ ਆਮ ਕਹਿੰਦੇ ਹੁੰਦੇ ਸੀ, ਮੈਂ ਮਾੜੀ ਗੱਲ ਪਿੱਛੇ ਲੈ ਕੇ ਜਾਵਾਂ, ਕਿ 6 ਵਜੇ ਕੇ ਬਾਅਦ ਮਤ ਖਾਏ, ਸੂਰਜ ਢਲਣੇ ਕੇ ਬਾਅਦ ਮਤ ਖਾਏ। ਅਤੇ ਆਪਾਂ ਕਦੇ ਸੋਚਿਆ ਵੀ ਉਹ ਐਵੇਂ ਕੋਈ ਕਹਿੰਦੇ ਸੀਗੇ, ਸੂਰਜ ਢਲਣ ਤੋਂ ਬਾਅਦ ਕਿਹੜਾ ਆਪਾਂ ਕੋਈ ਫੈਟ ਬਰਨਿੰਗ ਮਸ਼ੀਨ ਬਣ ਜਾਵਾਂਗੇ, ਜਾਂ 6 ਵਜੇ ਤੋਂ ਬਾਅਦ ਇਹੋ ਜਿਹਾ ਕਿਹੜਾ ਸਿਸਟਮ ਸਰੀਰ 'ਚ ਚੱਲ ਜੂਗਾ ਕਿ ਆਪਾਂ ਮੋਟੇ ਨਹੀਂ ਹੋਣਾ। ਅਸਲ ਦੇ ਵਿੱਚ ਜਿਹੜੀਆਂ ਗੱਲਾਂ ਹੁਣ ਆਹ ਨੋਬਲ ਪ੍ਰਾਈਜ਼ ਵਿਨਰ ਲੱਭ ਰਹੇ ਨੇ ਜਾਂ ਵੈਸਟਰਨ ਵਰਲਡ ਜਾਗਿਆ, ਇਹ ਸਾਡੇ ਤੋਂ ਹੀ ਆਈਆਂ ਨੇ। ਸਾਡੀ ਪੁਰਾਣੀ ਸੰਸਕ੍ਰਿਤੀ, ਸਾਡਾ ਸੱਭਿਆਚਾਰ, ਸਾਡੇ ਪੁਰਾਣੇ ਬਜ਼ੁਰਗ, ਠੀਕ ਹੈ, ਉਹਨਾਂ ਦੇ ਕਹਿਣ ਦਾ ਮਤਲਬ ਸੀਗਾ, ਕਿਉਂਕਿ ਉਹ ਹੋਰ ਤਰੀਕੇ ਨਾਲ ਤਾਂ ਸਮਝਾ ਨਹੀਂ ਸਕੇ, ਉਹਨਾਂ ਨੂੰ ਅਸੀਂ ਤਾਰੀ ਉਹਨਾਂ ਨੇ ਉਹਦਾ ਮੰਨਣਾ ਨਹੀਂ। ਉਹਨਾਂ ਨੇ ਤਾਰੀ ਉਹਨਾਂ ਨੂੰ ਕਹਿ ਤਾ ਵੀ ਤਾਰੀ 6 ਵਜੇ ਤੋਂ ਬਾਅਦ ਨਾ ਖਾਈ ਜਾਂ ਸੂਰਜ ਢਲਣ ਤੋਂ ਬਾਅਦ ਨਾ ਖਾਈ, ਤਾਂ ਕਿ ਜਦੋਂ ਸਵੇਰ ਨੂੰ 7-8-9 ਵਜੇ ਉੱਠਣਗੇ 10-15 ਘੰਟੇ ਨਾਲ ਗੈਪ ਪਾ ਕੇ, ਤਾਂ ਆਟੋਮੈਟਿਕਲੀ ਫਾਸਟਿੰਗ ਹੋਊਗੀ, ਬਿਨਾਂ ਫਾਸਟਿੰਗ ਬਾਰੇ ਸੋਚੇ। ਤਾਂ ਉਹ ਕਹਿੰਦੇ ਸੀ, ਤਾਂ ਗੱਲ ਆਉਂਦੀ ਹੈ 6 ਵਜੇ ਤੋਂ ਬਾਅਦ ਨਾ ਖਾਓ ਜਾਂ ਸੂਰਜ ਢਲਣ ਤੋਂ ਬਾਅਦ ਨਾ ਖਾਓ, ਤਾਂ ਕਿ ਤੁਸੀਂ ਵੱਧ ਤੋਂ ਵੱਧ ਟਾਈਮ ਬਿਨਾਂ ਖਾਧੇ ਕੱਢੋ। ਅਤੇ ਅਗਰ ਹੋ ਸਕੇ ਫਾਸਟਿੰਗ ਦਾ ਜੇ ਜ਼ਿਆਦਾ ਟਾਈਮ ਸੁੱਤੇ ਸੁੱਤੇ ਲੰਘ ਜਾਏ ਤਾਂ ਬੈਸਟ ਆ। ਮੰਨ ਲਓ ਜੇ ਤੁਸੀਂ ਦੁਪਹਿਰੇ 12 ਅਤੇ ਰਾਤ ਨੂੰ 8 ਵਜੇ ਖਾਧਾ, ਤਾਂ ਬਾਕੀ ਦਾ 8-9 ਘੰਟੇ ਸੁੱਤੇ ਲੰਘ ਗਏ ਅਤੇ ਹੋਰ ਅਗਲੇ 7-8 ਘੰਟੇ ਤੁਹਾਨੂੰ ਭੁੱਖ ਨਾਲ ਜੂਝਣਾ ਪੈ ਸਕਦਾ ਸ਼ੁਰੂ ਦੇ ਵਿੱਚ। ਜਿਹੜੇ ਸਾਡੇ ਬਜ਼ੁਰਗ ਸੀਗੇ ਪੁਰਾਣੇ ਜ਼ਮਾਨੇ ਦੇ ਵਿੱਚ, 500-600 ਹਜ਼ਾਰ 10 ਹਜ਼ਾਰ ਸਾਲ ਪਹਿਲਾਂ, ਜਦੋਂ ਫਰਿੱਜ ਸੁਪਰਮਾਰਕੀਟਾਂ ਨਹੀਂ ਹੁੰਦੀਆਂ ਸੀਗੀਆਂ, ਉਦੋਂ ਵੀ ਉਹ ਓਨਾ ਹੀ ਪਕਾਉਂਦੇ ਸੀ ਜਿੰਨਾ ਖਾ ਸਕਦੇ ਸੀ, ਕਿਉਂਕਿ ਖਾਸ ਕਰ ਜਿਹੜੇ ਗਰਮ ਇਲਾਕੇ ਨੇ ਜਿਵੇਂ ਪੰਜਾਬ ਹੋ ਗਿਆ ਜਾਂ ਹੋਰ ਇੰਡੀਆ ਦੇ ਜ਼ਿਆਦਾਤਰ ਇਲਾਕੇ, ਸਬਜ਼ੀਆਂ ਬਣਾਈਆਂ ਹੋਈਆਂ ਜ਼ਿਆਦਾ ਟਾਈਮ ਨਹੀਂ ਸੀ ਰਹਿੰਦੇ, ਉਹ ਖੱਟੀਆਂ ਹੋ ਜਾਂਦੀਆਂ ਸੀ, ਉਸ ਲਈ ਸਵੇਰੇ ਰੱਜ ਕੇ ਖਾਂਦੇ ਸੀ, ਉਹ ਮਿਣਕੇ ਨਹੀਂ ਚਿਣਕੇ ਖਾਂਦੇ ਸੀ, ਕਿ ਬਸ ਤਾਂ ਕਿ ਉਹ ਇੰਸੂਲਿਨ ਨਾ ਸਪਾਈਕ ਹੋਵੇ, ਜਿਹੜੀ ਆਪਾਂ ਅੱਜ ਦੇ ਜ਼ਮਾਨੇ 'ਚ ਗੱਲ ਕਰਦੇ ਹਾਂ ਇੰਸੂਲਿਨ ਬਾਰੇ, ਵੀਡੀਓ 'ਚ ਪਹਿਲਾਂ ਦੱਸਿਆ ਕਿ ਉਹ ਸਵੇਰੇ ਖਾਂਦੇ ਸੀ, ਸਾਰਾ ਦਿਨ ਕੰਮ ਕਰਦੇ ਅਤੇ ਸ਼ਾਮ ਨੂੰ ਆ ਕੇ ਖਾਂਦੇ ਸੀਗੇ, ਜੋ ਕੁਦਰਤੀ ਤੌਰ 'ਤੇ ਆਪਾਂ ਬਣੇ ਹੋਏ ਹਾਂ। ਇਹ ਤਾਂ ਵਪਾਰੀ ਨੇ ਚੀਜ਼ਾਂ ਲਿਆਉਂਦੀਆਂ ਨੇ, ਚਲੋ ਵਪਾਰੀ ਕਿਸਮ ਦੇ ਟ੍ਰੇਨਰ ਆ ਗਏ, ਵਪਾਰੀ ਕਿਸਮ ਦੇ ਸੌਦਾ ਪੱਤਾ ਵੇਚਣ ਵਾਲੇ ਆ ਗਏ ਵੀ 6 ਵਾਰੀ ਖਾਓ ਤਾਂ ਕਿ ਲੋਕ 6 ਵਾਰੀ ਖਾ ਖਾ ਕੇ ਕੁੱਪੇ ਵਾਂਗੂ ਫੁੱਲੀ ਜਾਣ, ਅਤੇ ਹੋਇਆ ਵੀ ਉਹੀ ਆ, ਲੋਕ ਕੁੱਪੇ ਵਾਂਗੂ ਫੁੱਲੀ ਵੀ ਗਏ। ਤਾਂ ਇਸ ਲਈ ਆਪਾਂ ਕੋਈ 2 ਘੰਟੇ ਖਾਣ ਲਈ ਨਹੀਂ ਬਣੇ। ਅਤੇ ਹੁਣ ਅੱਛਾ ਗੱਲ ਆਈਏ ਵੀ ਇਹ ਇੰਟਰਮੀਡੀਟ ਫਾਸਟਿੰਗ ਕੰਮ ਕਿਵੇਂ ਕਰਦੀ ਆ। ਤਾਂ ਹੁੰਦਾ ਕੀ ਆ, ਆਪਣਾ ਸਰੀਰ 2 ਤਰ੍ਹਾਂ ਦੀ ਐਨਰਜੀ 'ਤੇ ਚੱਲਦਾ। ਇੱਕ ਨੂੰ ਕਹਿੰਦੇ ਗਲੂਕੋਜ਼, ਜਿਹੜਾ ਆਪਾਂ ਆਮ ਖਾਣਾ ਖਾਂਦੇ ਹਾਂ, ਖਾਸ ਕਰ ਕਾਰਬੋਹਾਈਡਰੇਟ ਅਤੇ ਪ੍ਰੋਟੀਨ, ਉਹ ਸਿੰਪਲ ਸ਼ੂਗਰ ਦੇ ਵਿੱਚ ਸਰੀਰ ਦੇ ਵਿੱਚ ਬ੍ਰੇਕ ਹੁੰਦੇ ਆ, ਉਹ ਸਿੰਪਲ ਗਲੂਕੋਜ਼ 'ਚ ਬਣਦੇ ਆ, ਜਿਸ ਤੋਂ ਆਪਣਾ ਸਰੀਰ ਚੱਲਦਾ। ਇੱਕ ਦੂਸਰੀ ਐਨਰਜੀ ਆ ਜਿਹਨੂੰ ਕਹਿੰਦੇ ਕੀਟੋਨਸ, ਠੀਕ ਆ, ਜਾਂ ਫੈਟ ਵਾਲੀ ਐਨਰਜੀ, ਉਹਨੂੰ ਕੀਟੋਨਸ ਕਹਿ ਦਿੰਦੇ ਆ। ਤਾਂ ਜਦੋਂ ਆਪਾਂ ਫਾਸਟਿੰਗ ਪੀਰੀਅਡ ਦੇ ਵਿੱਚ ਹੋਣੇ ਆ, ਤਾਂ ਆਪਣੀ ਬੋਡੀ ਕੀਟੋਨ ਐਨਰਜੀ ਜਾਂ ਐਨਰਜੀ ਫੈਟ ਤੋਂ ਲੈਂਦੀ ਆ, ਰਾਦਰ ਦਿਨ ਫੂਡ ਤੋਂ, ਕਿਉਂਕਿ ਆਪਾਂ 15-16 ਘੰਟੇ ਖਾਧਾ ਨਹੀਂ ਹੁੰਦਾ। ਜਿਹੜਾ ਮੇਨ ਬੈਨੀਫਿਟ ਸ਼ੁਰੂ ਹੁੰਦਾ, ਉਹ 10ਵੇਂ ਘੰਟੇ 'ਚ ਜਾ ਕੇ ਤੁਸੀਂ ਪੂਰੀ ਤਰ੍ਹਾਂ ਫੈਟ ਬਰਨਿੰਗ 'ਚ ਹੋਣੇ ਹੋ, ਜਿਵੇਂ ਤਾਂ ਹੀ 16 ਘੰਟੇ ਕਿਹਾ ਜਾਂਦਾ ਨਾ, ਤਾਂ ਕਿ 5-6 ਘੰਟੇ ਜਦੋਂ ਤੁਸੀਂ ਉੱਠ ਕੇ ਕੰਮ ਕਾਰ ਕਰਨੇ ਆ, ਅਗਰ ਤੁਸੀਂ ਕਿਤੇ ਉਹ ਟਾਈਮ 'ਚ ਐਕਸਰਸਾਈਜ਼ ਕਰ ਲਓ, ਤਾਂ ਤੁਹਾਨੂੰ ਜ਼ਿਆਦਾ ਬੈਨੀਫਿਟ ਮਿਲੇਗਾ। ਮੰਨ ਲਓ ਰਾਤ ਨੂੰ 8 ਵਜੇ ਖਾਧਾ ਅਤੇ ਸਵੇਰੇ 5-6-7 ਵਜੇ ਉੱਠ ਕੇ ਐਕਸਰਸਾਈਜ਼ ਕਰ ਲਈ, ਅਤੇ ਉਹ ਤੋਂ ਬਾਅਦ 12 ਵਜੇ ਆਏ ਖਾਧਾ, ਤਾਂ ਤੁਹਾਨੂੰ ਜ਼ਿਆਦਾ ਬੈਨੀਫਿਟ ਮਿਲੇਗਾ ਫਾਸਟਿੰਗ ਦਾ। ਤਾਂ 10 ਘੰਟੇ ਤੋਂ ਬਾਅਦ ਅਸਲ ਫੈਟ ਬਰਨਿੰਗ ਸ਼ੁਰੂ ਹੁੰਦੀ ਆ, 10 ਘੰਟੇ ਦੀ ਫਾਸਟਿੰਗ ਤੋਂ ਬਾਅਦ। ਇਸ ਲਈ ਜਦੋਂ ਆਪਾਂ ਇੰਨਾ ਚਿਰ ਨਹੀਂ ਖਾਂਦੇ, ਤਾਂ ਇੱਕ ਮੈਟਾਬੋਲਿਕ ਸਵਿੱਚ ਹੁੰਦੀ ਆ, ਜਿਹੜੀ ਬੋਡੀ ਗਲੂਕੋਜ਼ ਬਰਨਰ ਤੋਂ ਫੈਟ ਬਰਨਰ ਬਣਦੀ ਆ, ਤਾਂ ਕਰਕੇ ਇੰਟਰਮੀਡੀਅਟ ਫਾਸਟਿੰਗ ਕੰਮ ਕਰਦੀ ਆ। ਅਗਰ ਕੋਈ ਸਸਟੇਨ ਕਰ ਸਕੇ, ਅਗਰ ਤੁਸੀਂ ਜਿੰਨੀ ਲੰਬੀ ਕਰ ਸਕੋਗੇ,
40 ਘੰਟਿਆਂ ਤੱਕ ਦੀ ਫਾਸਟਿੰਗ ਸੇਫ ਮੰਨੀ ਜਾਂਦੀ ਹੈ, ਉਸ ਤੋਂ ਬਾਅਦ ਬੋਡੀ ਮਸਲ ਖਾਣ ਦੇ ਚਾਂਸਸ ਨੇ ਅਗਰ 40 ਘੰਟੇ ਤੋਂ ਵੱਧ ਫਾਸਟਿੰਗ ਕਰਦੇ ਆ। ਮੈਂ ਕਈ ਵਾਰੀ ਮੈਂ ਕਰਦਾ ਫਾਸਟਿੰਗ, ਮੈਂ 2 ਮਹੀਨਿਆਂ ਬਾਅਦ ਮੈਂ 40 ਘੰਟੇ ਫਾਸਟ ਰੱਖਦਾ, ਮੈਂ ਕੋਈ ਇੱਕਦਮ ਨਹੀਂ ਇੱਥੇ ਆ ਗਿਆ, ਹੌਲੀ ਹੌਲੀ ਕਰਕੇ ਮੈਂ ਇੱਥੇ ਪਹੁੰਚਿਆ। ਇਸ ਲਈ ਮੈਂ ਤੁਹਾਨੂੰ ਵੀ ਕਹਿਣਾ ਕਿ ਇੱਕਦਮ ਨਾ ਕਹੋ ਵੀ ਉਹ 40 ਘੰਟੇ ਕਰਦਾ ਮੈਂ ਵੀ ਕਰ ਲਾਂ, ਮੈਂ 10 ਮਹੀਨੇ ਲਾਏ ਇਸ ਲੈਵਲ ਤੱਕ ਆਉਣ ਲਈ ਹੌਲੀ 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 ਕਰਕੇ। ਅਤੇ ਬਾਕੀ ਜੇ 16-8 ਦੀ ਗੱਲ ਹੋ ਰਹੀ ਹੈ ਤਾਂ ਇਹਨੂੰ ਕੋਈ ਹਾਰਡ ਰੂਲ ਨਾ ਬਣਾਓ ਵੀ 16-8 ਹੀ ਆ, ਥੋਤੋਂ ਭਾਈ 14-10 ਹੁੰਦਾ ਤੁਸੀਂ 14-10 ਕਰ ਲਓ, ਥੋਤੋਂ 12-12 ਹੁੰਦਾ ਸ਼ੁਰੂ ਤੁਸੀਂ 12-12 ਕਰ ਲਓ, ਹੌਲੀ ਹੌਲੀ ਕਰਕੇ 16-8 'ਤੇ ਜਾਓ। ਇਹਨੂੰ ਤੁਸੀਂ ਵਧਾ ਵੀ ਸਕਦੇ ਹੋ, 18-6 ਵੀ ਕਰ ਸਕਦੇ ਹੋ। ਤਾਂ ਇਸ ਤਰ੍ਹਾਂ ਕਰਕੇ ਫਾਸਟਿੰਗ ਤੁਸੀਂ ਆਪਣੇ ਤਰੀਕੇ ਨਾਲ ਅਮੈਂਡ ਕਰ ਸਕਦੇ, ਆਪਣੇ ਤਰੀਕੇ ਨਾਲ ਚੇਂਜ ਕਰ ਸਕਦੇ ਹੋ। ਅਤੇ ਜਿਹੜੀ ਮੈਟਾਬੋਲਿਕ ਸਵਿੱਚ ਹੈਪਨ ਹੁੰਦੀ ਆ ਫੈਟ ਬਰਨਿੰਗ ਦੀ, ਉਹਦਾ ਆਪਾਂ ਪੂਰਾ ਫਾਇਦਾ ਲੈਣਾ। ਅਤੇ ਅਗਲੀ ਗੱਲ ਜਿਹੜੀ ਫਾਸਟਿੰਗ ਆ ਉਹ ਹਿਊਮਨ ਗਰੋਥ ਹਾਰਮੋਨ ਵਧਾਉਂਦੀ, ਇਹਦੇ ਯਾਰ ਫਾਇਦੇ ਹੀ ਫਾਇਦੇ ਨੇ, ਹੈ ਨਾ। ਇਹ ਕੁਦਰਤ ਦੀ ਦਿੱਤੀ ਹੋਈ ਉਹ ਫ੍ਰੀ ਦੀ ਦਵਾਈ ਆ ਜਿਹੜੀ ਕੋਈ ਵੀ ਲੈ ਸਕਦਾ। ਜਿਵੇਂ ਕਿਸੇ ਮਹਾਨ ਬੰਦੇ ਨੇ ਕਿਹਾ ਸੀ, ਮੇਰੇ ਨਾਮ ਤਾਂ ਯਾਦ ਨਹੀਂ ਆ ਰਿਹਾ, ਕਹਿੰਦੇ ਵੀ ਇੱਕ ਹਿੱਸਾ ਖਾਣਾ ਜਿਹੜਾ ਬੰਦਾ ਖਾਂਦਾ ਉਹ ਆਪ ਜਿਉਣ ਲਈ ਖਾਂਦਾ, 3 ਹਿੱਸੇ ਉਹ ਡਾਕਟਰ ਲਈ ਖਾਂਦਾ, ਜਿਹੜੇ ਉਹ ਬਾਕੀ ਦੇ 3 ਹਿੱਸੇ ਖਾਂਦੇ ਆ ਉਹਨਾਂ ਬਿਮਾਰੀਆਂ ਲੱਗਦੀਆਂ ਅਤੇ ਤੁਸੀਂ ਡਾਕਟਰ ਕੋਲ ਜਾਂਦੇ ਹੋ ਫਿਰ। ਅਤੇ ਫਾਸਟਿੰਗ ਹਿਊਮਨ ਗਰੋਥ ਹਾਰਮੋਨ ਵਧਾਉਂਦੀ ਆ, ਤਾਂ ਕਈ ਵਾਰ ਤੁਸੀਂ ਦੇਖਿਆ ਹੋਣਾ ਜਾਂ ਆਪਾਂ ਆਲੇ ਦੁਆਲੇ ਦੇਖਦੇ ਹਾਂ, ਜਿਹੜੇ ਬੋਡੀ ਬਿਲਡਰ ਨੇ ਕਈ ਜਿਹੜੇ ਟੀਕੇ ਟੂਕੇ ਲਾਉਂਦੇ, ਜਦੋਂ ਉਹ ਬਹੁਤ ਲੋਅ ਕੈਲਰੀ ਖਾਣਾ ਖਾ ਰਹੇ ਹੁੰਦੇ ਆ, ਜਦੋਂ ਉਹਨਾਂ ਨੇ 6-ਪੈਕ ਕੱਢਣੇ ਹੁੰਦੇ ਹੈਗੇ, ਪੂਰੀ ਉਹਨਾਂ ਨੇ ਫੈਟ ਲੋਸ ਕਰਨੀ ਹੁੰਦੀ ਆ, ਤਾਂ ਬਹੁਤ ਲੋਅ ਕੈਲਰੀ ਖਾਣਾ ਖਾਂਦੇ ਆ, ਤਾਂ ਉਦੋਂ ਨਾ ਉਹ ਹਿਊਮਨ ਗਰੋਥ ਹਾਰਮੋਨ ਦਾ ਟੀਕਾ ਲਾਉਂਦੇ ਆ, ਜਿਹੜਾ ਸਟੀਰੋਇਡ ਮਿਲਦਾ ਉਹ ਇਸ ਲਈ ਲਾਉਂਦੇ ਆ ਤਾਂ ਕਿ ਜਦੋਂ ਅਸੀਂ ਕੱਟਣਾ ਸਾਡੀ ਫੈਟ ਲੋਸ ਹੀ ਹੋਵੇ, ਮਸਲ ਲੋਸ ਨਾ ਹੋਵੇ। ਪਰ ਫਾਸਟਿੰਗ ਦੇ ਵਿੱਚ ਇਹ ਪ੍ਰੂਵਨ ਸਟੱਡੀ ਹੈ, ਇਹ ਮੈਂ ਆਪਣੇ ਕੋਲ ਕੁਛ ਵੀ ਨਹੀਂ ਕਹਿ ਰਿਹਾ, ਫਾਸਟਿੰਗ ਹਿਊਮਨ ਗਰੋਥ ਹਾਰਮੋਨ ਵਧਾਉਂਦੀ ਆ, ਤੁਹਾਡਾ ਮਸਲ ਮਾਸ ਵੀ ਪ੍ਰਜ਼ਰਵ ਕਰਦੀ ਆ। ਤਾਂ ਹੀ ਮੈਂ ਵੇਟ ਟ੍ਰੇਨਿੰਗ ਵੀ ਕਰਦਾ, ਮੈਂ ਸਾਈਕਲ ਵੀ ਚਲਾਉਣਾ ਅਤੇ ਮੈਂ ਫਾਸਟਿੰਗ ਵੀ ਕਰਦਾ, ਕਿਉਂਕਿ ਮੈਂ ਪੂਰੀ ਹੋਲਿਸਟਿਕ ਫਿਟਨੈਸ, ਇੱਕ ਫੰਕਸ਼ਨਲ ਫਿਟਨੈਸ ਕਰਦਾ ਜਿਹਦੇ ਵਿੱਚ ਕਾਰਡੀਓ ਵੀ ਆਉਂਦਾ, ਵੇਟ ਟ੍ਰੇਨਿੰਗ ਵੀ ਆਉਂਦੀ ਆ, ਪੂਰੀ ਸੰਪੂਰਨ ਸਿਹਤ ਵਾਲੀ ਗੱਲ ਕਹਿ ਲਓ, ਉਹ ਐਕਸਰਸਾਈਜ਼ਾਂ ਬਾਰੇ ਸਾਰਾ ਕੁਛ ਕਦੇ ਫਿਰ ਗੱਲ ਕਰਾਂਗੇ। ਇਸ ਤਰ੍ਹਾਂ ਫਾਸਟਿੰਗ ਹਰ ਪੱਖ ਤੋਂ ਬੈਟਰ ਆ, ਅਤੇ ਇਸ ਨੂੰ ਈਜ਼ੀ ਬਣਾਉਣ ਦੇ ਲਈ ਜੇ ਤੁਸੀਂ 16-8 ਸ਼ੁਰੂ ਕਰਨਾ ਤਾਂ ਇੱਕਦਮ ਆਪਣੀ ਡਾਇਟ ਲਾਂ ਕਲੀਨ ਕਰੋ। ਅਗਰ ਤੁਹਾਨੂੰ ਲੱਗਦਾ ਵੀ ਤੁਸੀਂ ਇੱਕਦਮ ਕਲੀਨ ਕਰ ਸਕਦੇ ਹੋ ਤੁਸੀਂ ਕਰ ਲਓ, ਗੁੱਡ ਆ। ਪਰ ਅਗਰ ਤੁਸੀਂ ਇੱਕਦਮ ਨਹੀਂ ਕਲੀਨ ਕਰ ਸਕਦੇ, ਇੱਕਦਮ ਸਾਰੀ ਡਾਇਟ ਕਲੀਨ ਨਾ ਕਰੋ, ਪਹਿਲਾਂ ਤੁਸੀਂ ਫਾਸਟਿੰਗ ਸ਼ਡਿਊਲ ਦੇ ਵਿੱਚ ਜਾਵੋ, ਫਿਰ ਹੌਲੀ ਹੌਲੀ ਕਰਕੇ ਵੀ ਡਾਇਟ ਕਲੀਨ ਕਰੋ। ਸਟਿਲ ਉਹ ਫੂਡ ਖਾਓ ਜਿਹੜੇ ਤੁਸੀਂ ਇੰਜੋਏ ਕਰਦੇ ਹੋ, ਕਿਉਂਕਿ ਹੁੰਦਾ ਕੀ ਆ ਕੋਈ ਜ਼ਿਆਦਾਤਰ ਡਾਇਟ ਪਲਾਨ ਬੜਾ ਲੰਬਾ ਟਾਈਮ ਇਸ ਲਈ ਨਹੀਂ ਚੱਲਦੇ ਕਿਉਂਕਿ ਇਹ ਕਹਿੰਦੇ ਆ ਵੀ ਆਹ ਫੂਡ ਨਹੀਂ ਤੂੰ ਖਾਣਾ, ਕੋਈ ਜਿਹੜਾ ਖਾਣਾ ਬੰਦਾ ਬਚਪਨ ਤੋਂ ਖਾਂਦਾ ਆ ਰਿਹਾ ਤੁਸੀਂ ਉਹਨੂੰ ਉਸ ਤੋਂ ਪਰਾਂ ਕਰ ਦੋਗੇ, ਫਿਰ ਪ੍ਰੋਬਲਮ ਪੈਂਦੀ ਹੈ ਨਾ। ਤਾਂ ਆਪਾਂ ਕੀ ਕਹਿੰਦੇ ਹਾਂ ਕਿ ਬਈ ਫਾਸਟਿੰਗ ਕਰੋ, ਜਿਹੜਾ ਤੁਸੀਂ ਖਾਣਾ ਖਾਂਦੇ ਉਹ ਵੀ ਖਾਓ, ਪਰ ਜਮੀ ਉਹੀ ਖਾਣਾ ਹੀ ਨਾ ਖਾਓ ਜਿਹੜਾ ਤੁਸੀਂ ਸ਼ੁਰੂ ਤੋਂ ਹੀ ਖਾਂਦੇ ਆ ਰਹੇ, ਕਿਉਂਕਿ ਉਹ ਤੁਹਾਨੂੰ ਕੋਈ ਫਾਇਦਾ ਨਹੀਂ ਕਰ ਰਿਹਾ। ਹਾਈ ਕਾਰਬੋਹਾਈਡਰੇਟ ਡੋਜ਼, ਜਿਹੜੀ ਖਾਸ ਕਰ ਆਪਣੇ ਇੰਡੀਅਨ ਖਾਣੇ ਦੇ ਵਿੱਚ ਹਾਈ ਕਾਰਬੋਹਾਈਡਰੇਟ ਆ, 99% ਜਿਹੜੀ ਸਿਹਤ ਨੂੰ ਪ੍ਰੋਬਲਮ ਆਉਂਦੀ ਨੇ ਉਹਦਾ ਕਾਰਨ ਹਾਈ ਕਾਰਬੋਹਾਈਡਰੇਟ ਹੀ। ਹੌਲੀ ਹੌਲੀ ਕਰਕੇ ਆਪਣੀ ਡਾਇਟ ਕਲੀਨ ਕਰੋ, ਜਿਵੇਂ ਹਫ਼ਤਾ ਤੁਸੀਂ ਨੋਰਮਲ ਆਪਦਾ ਖਾਣਾ ਖਾ ਰਹੇ ਹੋ, ਪਰ ਹੌਲੀ ਹੌਲੀ ਕਰਕੇ ਡਾਇਟ ਕਲੀਨ ਕੀਤੀ, ਪਹਿਲਾਂ 4-5 ਦਿਨ ਥੋੜ੍ਹਾ ਸਿਰ ਦੁੱਖ ਸਕਦਾ ਕਿਉਂਕਿ ਸ਼ੁਰੂ ਤੋਂ ਤੁਸੀਂ 3-4 ਵਾਰੀ ਖਾਂਦੇ ਆ ਰਹੇ ਹੋ, ਬ੍ਰੇਕਫਾਸਟ ਕਰਦੇ ਆ ਰਹੇ ਹੋ, ਅਤੇ ਇੱਕਦਮ ਬੋਡੀ ਨੂੰ ਯੂਜ਼ ਟੂ ਹੋਣ ਲਈ ਟਾਈਮ ਲੱਗਣਾ, ਇੰਨੀ ਛੇਤੀ ਦਾ ਸਰੀਰ ਯੂਜ਼ ਟੂ ਵੀ ਨਹੀਂ ਹੁੰਦਾ। ਪਰ ਇਹ ਮੈਂ ਆਪਣੇ ਖੁਦ ਦੇ ਐਕਸਪੀਰੀਅੰਸ ਤੋਂ ਜਾਣੀ ਆ ਅਤੇ ਤੁਹਾਨੂੰ ਵੀ ਪਤਾ ਹੋਣਾ, ਸਰੀਰ ਨੂੰ ਤੁਸੀਂ ਕੋਈ ਵੀ ਚੀਜ਼ ਸਿਖਾ ਸਕਦੇ ਹੋ, ਕੁਛ ਵੀ ਉਹ ਹੀ ਯੂਜ਼ ਟੂ ਹੋ ਜੂ। ਜਿਹੜੇ ਬੰਦੇ ਐਡੇ ਐਡੇ ਕਾਰਨਾਮੇ ਕਰਦੇ ਆ, ਜਿਹੜੇ ਸਪੋਰਟਸਮੈਨ ਨੇ, ਉਹ ਕੀ ਉਹ ਸਰੀਰ ਨੂੰ ਸਿਖਾਇਆ ਹੋਇਆ ਪ੍ਰੈਕਟਿਸ ਕਰਕੇ, ਰੈਪੀਟੇਸ਼ਨ ਵਾਰੀ ਵਾਰੀ ਦੁਹਰਾਈ ਜਾਣੀ ਸੇਮ ਚੀਜ਼, ਸਰੀਰ ਯੂਜ਼ ਟੂ ਹੋ ਜਾਂਦਾ ਗਾ। ਜਿਵੇਂ ਆਪਾਂ ਕਈ ਵਾਰੀ ਇੰਡੀਆ ਤੋਂ ਵਾਪਸ ਮੁੜ ਕੇ ਆਉਂਦੇ ਹਾਂ ਤਾਂ ਆ ਕੇ ਉਹਦੇ 2-3 ਹਫ਼ਤੇ ਜੀ ਨਹੀਂ ਲੱਗਦਾ, ਪਰ 2-3 ਹਫ਼ਤਿਆਂ ਬਾਅਦ ਸਭ ਕੁਝ ਨੋਰਮਲ ਹੋ ਜਾਂਦਾ, ਇਹ ਕੀ ਹੋ ਗਿਆ, ਕਿਉਂਕਿ ਆਪਣਾ ਸਰੀਰ ਯੂਜ਼ ਟੂ ਹੋ ਜਾਂਦਾ। ਅਤੇ ਇਹੀ ਫਾਸਟਿੰਗ ਦੇ ਨਾਲ, ਤਾਂ 4-5 ਦਿਨ ਥੋੜ੍ਹਾ ਸਿਰ ਦੁਖੂਗਾ ਕਿਉਂਕਿ ਤੁਸੀਂ ਹਾਈ ਕਾਰਬ, ਹਾਈ ਉਹੀ ਹਾਈ ਗਲੂਕੋਜ਼ ਖਾਣੇ 'ਤੇ ਚੱਲਦੇ ਹੋ ਆਲ ਦਾ ਟਾਈਮ, ਤਾਂ ਜੋ ਤੁਸੀਂ ਨਹੀਂ ਖਾਂਦੇ, ਬ੍ਰੇਕਫਾਸਟ ਸਕਿੱਪ ਕੀਤਾ, ਥੋੜ੍ਹਾ ਸਿਰ ਦੁਖਣ ਦੇ ਚਾਂਸਸ ਨੇ। ਪਰ ਇਹ ਨੋਰਮਲ ਆ, ਇਹ ਮਤਲਬ ਕਿ ਹਟ ਜੂਗਾ ਥੋੜ੍ਹਾ ਸਿਰ ਦੁਖਣਾ, ਤੁਸੀਂ ਇਸ ਚੀਜ਼ ਦੇ ਆਦੀ ਹੋ ਜਾਓਗੇ ਥੋੜ੍ਹੇ ਟਾਈਮ ਬਾਅਦ, 4-5 ਦਿਨਾਂ ਦੇ ਬਾਅਦ। ਅਤੇ ਹੁਣ ਮੇਨ ਗੱਲ ਹੈ ਨਾ, ਅਗਰ ਤੁਸੀਂ ਇੱਥੇ ਤੱਕ ਵੀਡੀਓ ਦੇਖ ਲਈ ਤਾਂ ਤੁਹਾਨੂੰ ਕਾਫੀ ਸਮਝ ਆ ਚੁੱਕੀ ਹੋਣੀ ਫਾਸਟਿੰਗ ਦੇ ਬਾਰੇ। ਹੁਣ ਮੇਨ ਗੱਲ, ਜਦੋਂ ਆਪਾਂ ਫਾਸਟਿੰਗ ਬ੍ਰੇਕ ਕਰਨੀ ਆ, ਜਦੋਂ ਆਪਣੀ ਫੀਡਿੰਗ ਵਿੰਡੋ ਆ ਗਈ, ਜਦੋਂ 8 ਘੰਟੇ ਆ ਗਏ ਖਾਣ ਦੇ, ਉਦੋਂ ਖਾਣਾ ਕੀ ਆ? ਦੇਖੋ ਮੈਂ ਤੁਹਾਨੂੰ ਕਿਹਾ ਵੀ 10 ਘੰਟਿਆਂ ਦੇ ਬਾਅਦ ਅਸਲੀ ਤੁਸੀਂ ਬਿਲਕੁਲ ਫੈਟ ਸਟੋਰਜ਼ ਨੂੰ ਟੈਪ ਕਰ ਰਹੇ ਹੋਣੇ ਬੋਡੀ ਦੇ ਵਿੱਚ, ਜਿਹੜੇ ਫੈਟ ਸਟੋਰ ਨੇ ਜਮੀ ਸਿੱਧਾ ਬੋਡੀ ਉੱਥੋਂ એનર્ਜੀ ਲੈ ਰਹੀ ਹੁੰਦੀ ਆ। ਤਾਂ ਹੁਣ ਇਹ ਆਪਣੀ ਹਾਰਡ ਅਰਨਡ ਜਿਹੜੀ ਮਿਹਨਤ ਆਪਾਂ ਫਾਸਟਿੰਗ ਕਰਕੇ ਆਪਾਂ 16 ਘੰਟੇ ਤੱਕ ਹੈ ਜਦੋਂ ਆਪਣੇ ਖਾਣ ਦਾ ਟਾਈਮ ਆ ਗਿਆ, ਤਾਂ ਪਲੀਜ਼ ਉਹ ਬਹੁਤ ਜ਼ਰੂਰੀ ਆ। ਕੋਈ ਕੀ ਹੋਣਾ, ਜਦੋਂ ਆਪਾਂ ਫਾਸਟਿੰਗ ਪੀਰੀਅਡ ਦੇ ਵਿੱਚ ਹੁੰਦੇ ਹਾਂ ਤਾਂ ਸਰੀਰ ਅੰਦਰੋਂ ਸਾਰਾ ਗਲੂਕੋਜ਼ ਅਤੇ ਸਾਰਾ ਖਾਣਾ ਨਿਕਲ ਚੁੱਕਿਆ ਹੁੰਦਾ, ਫੈਟ ਨੂੰ ਬਰਨ ਕਰ ਰਿਹਾ ਹੁੰਦਾ, ਤਾਂ ਜਿੰਨੇ ਸੈੱਲ ਨੇ, ਜਿੰਨੇ ਔਰਗਨਸ ਨੇ, ਸਾਰੇ ਐਮਪਟੀ ਹੁੰਦੇ ਆ ਫੋਰ ਦੈਟ ਮੂਵਮੈਂਟ।
ਉਹ ਚਾਹੁੰਦੇ ਹੋ ਵੀ ਸਾਨੂੰ ਕੋਈ ਖਾਣਾ ਮਿਲੇ, ਅਗਰ ਤੁਸੀਂ ਉਸ ਟਾਈਮ 'ਤੇ, ਬਹੁਤ ਜ਼ਰੂਰੀ ਉਸ ਟਾਈਮ 'ਤੇ ਖਾਂਦੇ ਕੀ ਹੋ, ਅਗਰ ਤੁਸੀਂ ਉਸ ਟਾਈਮ 'ਤੇ ਕੁਛ ਗਲਤ ਮਲਤ ਮਿੱਠਾ ਸ਼ੂਗਰ ਵੀ ਇੱਕਦਮ ਕਲੱਪ 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 ਕਰਕੇ ਖਾ ਜਾਓ ਯਾਰ, ਹੈ ਨਾ, ਅਗਰ ਤੁਸੀਂ ਉਹ ਖਾਧਾ ਤਾਂ ਉਹ ਸਾਰਾ ਗਲਤ ਖਾਣਾ ਸਟੋਰ ਹੋਣਾ ਜਾ ਕੇ ਸਰੀਰ 'ਚ, ਆਪਾਂ ਉਹ ਚਾਹੁੰਦੇ ਨਹੀਂ ਹੈਗੇ, ਉਹੀ ਨਹੀਂ ਕਰਨਾ। ਤਾਂ ਤੁਸੀਂ ਫਾਸਟ ਜਦੋਂ ਬ੍ਰੇਕ ਕਰਨਾ, ਕਲੀਨ ਸੈਲਡ, ਆਂਡੇ ਖਾ ਲਓ, ਓਟ ਖਾ ਲਓ, ਅਗਰ ਤੁਸੀਂ ਵੈਜੀਟੇਰੀਅਨ ਹੋ ਭਾਈ ਛੋਲੇ ਖਾ ਲਓ, ਪਨੀਰ ਖਾ ਲਓ, ਹੈ ਨਾ, ਸਬਜ਼ੀਆਂ ਸੈਲਡ, ਮਤਲਬ ਕਿ ਤਾਂ ਉਹ ਖਾਣ ਤੋਂ ਅੱਧਾ ਘੰਟਾ ਬਾਅਦ ਜਦੋਂ ਤੁਹਾਡਾ ਜੀ ਕਰਦਾ, ਅਗਰ ਤੁਸੀਂ ਰੋਟੀ ਖਾਂਦੇ ਹੋ ਤਾਂ ਵੀ ਭਾਈ ਰੋਟੀ ਖਾ ਲਓ, ਤਾਂ ਤੁਹਾਨੂੰ ਦੱਸਿਆ ਵੀ ਪਹਿਲਾਂ ਪਹਿਲਾਂ ਡਾਇਟ ਕਲੀਨ ਨਾ ਕਰੋ, ਹੌਲੀ ਹੌਲੀ ਕਰਕੇ ਡਾਇਟ ਕਲੀਨ ਕਰੋ। ਪਹਿਲਾਂ ਫਾਸਟਿੰਗ ਦੇ ਵਿੱਚ ਜਾਓ, ਦੇਖੋ ਫਰਕ ਪੈ ਰਿਹਾ, ਅਗਰ ਫਰਕ ਨਹੀਂ ਪੈ ਰਿਹਾ ਜੇ ਘੱਟ ਪੈ ਰਿਹਾ, ਫਿਰ ਆਪਣੀ ਡਾਇਟ ਕਲੀਨ ਕਰਨੀ ਸ਼ੁਰੂ ਕਰੋ। ਅਤੇ ਮੈਨੂੰ ਆਸ ਆ ਕਿ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਣੀ, ਮੈਂ ਆਪਦੀ ਪੂਰੀ ਕੋਸ਼ਿਸ਼ ਕੀਤੀ ਜਾਣਕਾਰੀ ਦੇਣ ਦੀ, ਪਰ ਫਿਰ ਵੀ ਅਗਰ ਕੋਈ ਚੀਜ਼ ਰਹਿ ਗਈ ਹੋਵੇ ਜਾਂ ਤੁਹਾਡਾ ਕੋਈ ਸਵਾਲ ਹੋਵੇ ਤਾਂ ਕਿਰਪਾ ਕਰਕੇ ਪਲੀਜ਼ ਥੱਲੇ ਕਮੈਂਟ ਕਰ ਦਿਓ, ਮੈਂ ਉਹਦਾ ਜਵਾਬ ਜ਼ਰੂਰ ਦੇਊਂਗਾ। ਅਤੇ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰਿਓ, ਤੁਹਾਨੂੰ ਲੱਗਦਾ ਵੀ ਕੋਈ ਕੰਮ ਦੀ ਗੱਲ ਇੱਥੋਂ ਆਪਾਂ ਨੂੰ ਨਿਕਲੀ ਆ, ਅਤੇ ਪਲੀਜ਼ ਨਾਲ ਉਹ ਘੰਟੀ ਦਾ ਬਟਨ ਵੀ ਦਬਾ ਦਿਓ, ਕਿਉਂਕਿ ਅਗਰ ਮੈਂ ਜਦੋਂ ਵੀਡੀਓ ਪਾਊਂਗਾ ਤਾਂ ਨੋਟੀਫਿਕੇਸ਼ਨ ਆਊਗਾ ਕਿ ਹਾਂ ਮੈਂ ਵੀਡੀਓ ਪਾਤੀ, ਤਾਂ ਤੁਸੀਂ ਨਾਲ ਦੀ ਨਾਲ ਦੇਖ ਸਕਦੇ ਹੋ। ਸਾਰਾ ਕੁਛ ਰਿਸਰਚ ਬੇਸਡ, ਆਪਣੇ ਵੱਲੋਂ ਆਪਣਾ ਕੁਛ ਵੀ ਨਹੀਂ ਹੈਗਾ, ਆਲਵੇਜ਼ ਮੈਂ ਆਪਦਾ ਮੈਂ ਖੁਦ ਐਵੇਂ ਲਰਨ ਕੀਤਾ, ਅਤੇ ਮੈਂ ਬਾਕੀ ਸਾਰੀ ਦੁਨੀਆ ਨੂੰ, ਸਾਰੇ ਪਰਿਵਾਰ ਨੂੰ ਇਸ ਤਰ੍ਹਾਂ ਹੀ ਦੱਸਣਾ ਰਿਸਰਚ ਬੇਸਡ। ਮੈਂ ਥੱਲੇ ਸਾਰੇ ਲਿੰਕ ਪ੍ਰੋਵਾਈਡ ਕੀਤੇ ਆ ਸਟੱਡੀਜ਼ ਦੇ, ਜਿਹੜਾ ਪ੍ਰੈਸਟੀਜੀਅਸ ਮੈਡੀਕਲ ਜਰਨਲ ਨੇ ਦੁਨੀਆ ਦੇ, ਜਿਵੇਂ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਦੁਨੀਆ ਦਾ ਸਭ ਤੋਂ ਟੌਪ ਦਾ ਮੰਨਿਆ ਜਾਂਦਾ, ਜਿਸ 'ਤੇ ਬਿਲੀਵ ਕੀਤਾ ਜਾ ਸਕਦਾ, ਕੋਈ ਕਈ ਵਾਰ ਕੀ ਹੁੰਦਾ ਸਾਇੰਟੀਫਿਕ ਸਟੱਡੀਆਂ ਵੀ ਸਪੋਂਸਰਡ ਹੁੰਦੀਆਂ ਨੇ, ਉਹਦੇ ਬਾਰੇ ਵੀ ਕਿਸੇ ਦਿਨ ਮੈਂ ਵਿਸਥਾਰਪੂਰਵਕ ਗੱਲ ਕਰੂੰਗਾ। ਇਕੱਲਾ ਲੱਚਰ ਗਾਣਿਆਂ ਤੋਂ ਨਹੀਂ, ਲੱਚਰ ਖਾਣਿਆਂ ਤੋਂ ਵੀ ਬਚਣਾ, ਲੱਚਰ ਖਾਣੇ ਜਿਹੜੇ ਆ ਮਿੱਠਾ ਮੁੱਠਾ ਚੌਕਲੇਟ ਆਈਸਕ੍ਰੀਮਾਂ ਇਹਨਾਂ ਤੋਂ ਵੀ ਬਚਣਾ, ਘੱਟ ਹੀ ਖਾਣੇ ਆ। ਤਾਂ ਜਿਵੇਂ ਕੋਈ ਕਹਿੰਦਾ ਲੱਚਰ ਗਾਣੇ ਮਾੜੇ ਨੇ, ਤਾਂ ਲੱਚਰ ਖਾਣੇ ਵੀ ਮਾੜੇ ਨੇ, ਲੱਚਰ ਐਕਸਰਸਾਈਜ਼ਾਂ, ਲੱਚਰ ਟ੍ਰੇਨਰ, ਲੱਚਰ ਐਕਸਰਸਾਈਜ਼, ਲੱਚਰ ਟ੍ਰੇਨਰ ਕਿਹੜੇ ਹੋ ਗਏ, ਜਿਹੜੇ ਕਹਿੰਦੇ ਨੇ ਆ ਜਾ ਮੇਰੇ ਤੋਂ ਆਹ ਸਵੇਰੇ ਦੋ ਬਦਾਮ ਖਾ ਲਈ, ਆਹ ਖਾ ਲਈ, ਅਤੇ ਤੇਰਾ ਸਾਰਾ ਪਰਫੈਕਟ ਤੂੰ ਫਿੱਟ ਹੋ ਜਾਏਗਾ, ਫੁੱਲ ਗਾਈਡੈਂਸ ਕਦੇ ਵੀ ਨਹੀਂ ਦਿੰਦੇ, ਕਿਉਂਕਿ ਇੱਥੇ ਉਹਨਾਂ ਦਾ ਬਿਜ਼ਨਸ ਖੜ੍ਹਾ। ਰਿਮੈਂਬਰ, ਫਾਈਂਡ ਯੂਰ ਮੇਨਟੇਨੈਂਸ ਕੈਲਰੀਜ਼, ਲੱਚਰ ਐਕਸਰਸਾਈਜ਼ਾਂ। ਆ ਟਿਕਟੋਕ 'ਤੇ ਦੇਖ ਲਓ ਜਾਂ ਹੋਰ ਇੱਧਰ ਉੱਧਰ ਫੇਸਬੁੱਕਾਂ 'ਤੇ, ਕੋਈ ਕਹਿੰਦਾ ਡੱਡੂ ਵਾਂਗੂ ਛਾਲਾ ਮਾਰ ਲਾ, ਕੋਈ ਕਹਿੰਦਾ ਐਂ ਕਰ ਲਾ, ਹੈ ਨਾ, ਤੇਰਾ ਲੱਕ ਤੋਂ ਪਾਰ ਕੱਟ ਜੂ, ਇੱਥੋਂ ਕੱਟ ਜੂ, ਐਵੇਂ ਕਿਵੇਂ ਕੱਟ ਜੂਗਾ ਯਾਰ, ਫੈਟ ਲੋਸ ਐਵੇਂ ਵਰਕ ਨਹੀਂ ਕਰਦਾ। ਫੈਟ ਲੋਸ ਕਿਵੇਂ ਵਰਕ ਕਰਦਾ, ਸਭ ਤੋਂ ਪਹਿਲਾਂ ਫੈਟ ਤੁਹਾਡੇ ਮੂੰਹ ਤੋਂ ਉੱਡਦੀ ਆ, ਫਿਰ ਬਾਹਾਂ ਤੋਂ, ਫਿਰ ਮੋਢਿਆਂ ਤੋਂ, ਫਿਰ ਪੱਟਾਂ ਤੋਂ, ਫਿਰ ਲੱਤਾਂ ਤੋਂ, ਸਭ ਤੋਂ ਬਾਅਦ ਢਿੱਡ ਦੀ ਵਾਰੀ ਹੁੰਦੀ ਜਿੱਥੋਂ ਫੈਟ ਲੋਸ ਹੁੰਦਾ, ਠੀਕ ਆ। ਹਾਂ, ਐਕਸਰਸਾਈਜ਼ ਕਰਕੇ, ਐਵੇਂ ਕੋਈ ਐਕਸਰਸਾਈਜ਼ ਨਹੀਂ ਹੈਗੀ ਕਿ ਤੁਸੀਂ ਐਵੇਂ ਟੇਢੇ ਮੇਢੇ ਹੋਣਗੇ ਅਤੇ ਲੱਕ ਤੋਂ ਇੱਥੋਂ ਫੈਟ ਉੱਡ ਜੂਗੀ। ਹਾਏ, ਹੋ ਸਕਦਾ ਕਿ ਤੁਸੀਂ ਮਸਲ ਬਣਾ ਲਓਗੇ, ਜਦੋਂ ਤੁਸੀਂ 5-6 ਮਹੀਨੇ ਫੈਟ ਉਡਾਓਗੇ ਤਾਂ ਥੱਲੇ ਤੁਹਾਡੇ ਮਸਲ ਬਣੇ ਪਏ ਹੋਣੇ, ਸਿਕਸ ਪੈਕ ਤਾਂ ਤੁਹਾਡੇ ਥੱਲੇ ਪਏ ਨੇ, ਤੁਸੀਂ ਫੈਟ ਤਾਂ ਉਡਾਓ, ਸਿਕਸ ਪੈਕ ਤਾਂ ਨਿਕਲ ਲਓ ਫਿਰਦੇ ਆ। ਤਾਂ ਇਸ ਲਈ ਆਪਦੇ ਉਹਨੂੰ ਐਜੂਕੇਟ ਕਰੋ, ਅਤੇ ਮੈਂ ਆਪਦਾ ਪੂਰਾ ਹੁਣ ਜਿੰਮਾ ਚੱਕਿਆ ਹੋਇਆ ਕਿ ਆਪਾਂ ਸਹੀ ਜਾਣਕਾਰੀ ਦੇਣੀ ਆ ਸਾਰਿਆਂ ਨੂੰ। ਬਸ ਤੁਸੀਂ ਆਪਣੀ ਹੈਲਪ ਕਰ ਸਕਦੇ ਹੋ, ਤੁਸੀਂ ਇਹਨੂੰ ਸ਼ੇਅਰ ਕਰ ਸਕਦੇ ਹੋ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ।